ATN ਵੇਖ ਰਹੇ ਸਾਰੇ ਦਰਸ਼ਕਾਂ ਨੂੰ ਨਿੱਗੀ ਜੀ ਆਇਆਂ, ਮੈਂ ਅਮਰਜੀਤ ਸਿੰਘ ਸੰਘਾ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਗੱਲਾਂ ਕਰਨੀਆਂ ਨੇ ਸਿਹਤ ਦੀਆਂ। ਸਿਹਤ ਕਹਿੰਦੇ ਬੰਦੇ ਦੀ ਸਹੀ ਆ ਤਾਂ ਫਿਰ ਸਭ ਕੁਝ ਸਹੀ ਆ, ਅਤੇ ਸਿਹਤ ਵਿੱਚ ਆਉਂਦਾ ਕੀ ਹੈ? ਸਭ ਤੋਂ ਪਹਿਲਾਂ ਉਹ ਕਹਿੰਦੇ ਵੱਧਦਾ ਬੰਦੇ ਦਾ ਭਾਰ, ਜਿਹੜਾ ਓਵਰਵੇਟ ਹੈ, ਇਹ ਬਿਮਾਰੀਆਂ ਦੀ ਜੜ੍ਹ ਹੈ। ਬਿਮਾਰੀਆਂ ਇੱਥੋਂ ਸ਼ੁਰੂ ਹੁੰਦੀਆਂ ਨੇ ਜਾਂ ਫਿਰ ਸ਼ੁਰੂ ਹੋਣ ਤੋਂ ਪਹਿਲਾਂ ਮੋਟਾਪਾ ਆਉਂਦਾ ਹੈ। ਇਹਦੇ ਬਾਰੇ ਗੱਲਾਂ ਬਾਤਾਂ ਕਰਨ ਦੇ ਲਈ ਮੈਨੂੰ ਲੱਗਦਾ ਕਿ ਡਾਕਟਰ ਜੰਮੂ ਤੋਂ ਚੰਗਾ ਹੋਰ ਕੋਈ ਹੋਣਾ ਨਹੀਂ ਹੈ, ਕਿਉਂਕਿ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਜਿਹੜੇ ਵੱਧੇ ਭਾਰ ਤੋਂ ਜਿਹੜੀ ਆ ਰਾਹਤ ਦਵਾਈ ਹੈ। ਬਹੁਤ ਸਾਰੇ ਲੋਕ ਜਾ ਵੀ ਰਹੇ ਨੇ, ਜਾ ਚੁੱਕੇ ਨੇ, ਪਿਛਲੇ ਕਈ ਸਾਲਾਂ ਤੋਂ ਉਹ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਜਲੰਧਰ ਦੇ ਵਿੱਚ ਜੰਮੂ ਹਸਪਤਾਲ ਦੇ ਬਾਰੇ ਤੁਸੀਂ ਸੁਣਿਆ, ਅਤੇ ਉੱਥੇ ਜਾ ਕੇ ਬਹੁਤ ਸਾਰੇ ਲੋਕਾਂ ਨੇ ਆਪਣੇ ਮੋਟਾਪੇ ਤੋਂ ਅਲਵਿਦਾ ਕੀਤੀ ਹੈ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ ਉਹਨੂੰ ਸਿਹਤਮੰਦ ਅਤੇ ਖੁਸ਼ਹਾਲ ਬਣਾਇਆ। ਜੇ ਬੰਦੇ ਦਾ ਭਾਰ ਕੰਟਰੋਲ ਦੇ ਵਿੱਚ ਹੈ ਤਾਂ ਫਿਰ ਸਭ ਕੁਝ ਕੰਟਰੋਲ ਦੇ ਵਿੱਚ ਹੈ। ਇਹ ਸਾਰੀਆਂ ਗੱਲਾਂ ਬਾਤਾਂ ਅੱਜ ਆਪਾਂ ਗੁਰਵਿੰਦਰ ਸਿੰਘ ਜੀ ਜੰਮੂ ਨਾਲ ਕਰਾਂਗੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਘਾ ਸਾਹਿਬ, ਕੀ ਹਾਲ ਨੇ ਜੀ ਤੁਹਾਡੇ? ਬਹੁਤ ਵਧੀਆ ਜੀ। ਅਜੀ, ਜੇ ਕੈਨੇਡਾ ਦੀ ਗੱਲ ਕਰੀਏ, ਕੈਨੇਡਾ ਤੋਂ ਕਿੰਨੇ ਕੁ ਪੇਸ਼ੈਂਟ ਤੁਹਾਡੇ ਕੋਲ ਅੱਜ ਤੱਕ ਜਾ ਚੁੱਕੇ ਹੋਣਗੇ? ਜੇ ਆਪਾਂ ਨੌਰਥ ਅਮੈਰੀਕਾ ਦੀ ਗੱਲ ਕਰੀਏ ਤਾਂ ਤੁਸੀਂ ਲਾ ਲਓ ਵੀ ਐਵਰੀ ਡੇ ਸਾਡੇ ਕੋਲ 4-5 ਕੇਸ਼ ਪੇਸ਼ੈਂਟ ਜਿਹੜੇ ਹੈ ਕੈਨੇਡਾ ਅਤੇ ਅਮੈਰੀਕਾ ਵਰਗੀ ਕੰਟਰੀ 'ਚੋਂ ਸਾਡੇ ਕੋਲ ਹੌਸਪਿਟਲ 'ਚ ਆ ਕੇ ਓਪਰੇਸ਼ਨ ਕਰਾ ਕੇ। ਐਵਰੀ ਡੇ? ਐਵਰੀ ਡੇ। ਅੱਛਾ, ਪਿਛਲੇ ਕਈ ਸਾਲਾਂ ਤੋਂ ਆ ਰਹੇ ਅਤੇ ਸਰਜਰੀ ਕਰਾ ਕੇ ਆਪਣੇ ਮੋਟਾਪੇ ਤੋਂ ਛੁਟਕਾਰਾ ਪਾ ਰਹੇ। ਓ, ਕਿਆ ਬਾਤ ਹੈ ਜੀ। ਇਹ ਜਿਹੜਾ ਮੋਟਾਪਾ ਹੈ, ਇਹ ਹੁੰਦਾ ਕਿਉਂ ਹੈ? ਸੰਗਤ ਸਾਹਿਬ, ਬਹੁਤ ਚੰਗਾ ਕੁਐਸਚਨ ਹੈ। ਮੋਟਾਪੇ ਦੇ ਬਹੁਤ ਸਾਰੇ ਕਾਰਨ ਹੈ। ਸਭ ਨਾਲ ਪਹਿਲੇ ਕਾਰਨ ਤਾਂ ਓਵਰ ਈਟਿੰਗ। ਕਈ ਚੀਜ਼ ਆਪਾਂ ਜ਼ਿਆਦਾ ਚੰਗੀ ਲੱਗਦੀ ਹੈ, ਓਵਰ ਈਟ ਕਰ ਜਾਂਦੇ ਹਾਂ, ਸਵਾਦ ਲੱਗਦੀ ਹੈ, ਕੰਟਰੋਲ ਨਹੀਂ ਕਰ ਪਾਉਂਦੇ। ਸੈਕਿੰਡ, ਇਸ ਤੋਂ ਵੱਡਾ ਕਾਰਨ ਮੋਟਾਪੇ ਦਾ ਸਾਡਾ ਜੀਨਸ, ਜੋ ਸਾਡੇ ਪੇਰੈਂਟਸ ਕੋਲ ਸਾਨੂੰ ਮਿਲ ਜਾਂਦੀ ਹੈ। ਅਸੀਂ ਘੱਟ ਖਾਂਦੇ ਹਾਂ, ਅਸੀਂ ਵਰਕਆਊਟ ਵੀ ਕਰਦੇ ਹਾਂ, ਜਿਮ ਵੀ ਜਾਂਦੇ ਹਾਂ, ਫਿਰ ਵੀ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ। ਕਹਿੰਦੇ ਪਾਣੀ ਵੀ ਘਿਓ ਵਾਂਗੂ ਲੱਗਣਾ ਸ਼ੁਰੂ ਹੋ ਗਿਆ। ਬਿਲਕੁਲ। ਸੋ ਅਤੇ ਤੀਜਾ ਕਾਰਨ ਸਾਡਾ ਥਾਇਰਾਇਡ ਹੈ। ਥਾਇਰਾਇਡ ਜੋ ਸਲੋ ਹੁੰਦਾ, ਬੋਡੀ ਦਾ ਮੈਟਾਬੋਲਿਜ਼ਮ ਜਿਹੜਾ ਹੈਗਾ ਥੋੜ੍ਹਾ ਹੋ ਜਾਂਦਾ ਅਤੇ ਵੇਟ ਗੇਨ ਹੋਣਾ ਸ਼ੁਰੂ ਹੋ ਜਾਂਦਾ। ਸੋ ਆਹ ਤਿੰਨ ਕਾਰਨ ਮੁੱਖ ਮੋਟਾਪੇ ਦੇ ਆ। ਅਤੇ ਸਾਡੀ ਜਿਹੜੀ ਵੇਟ ਲੋਸ ਸਰਜਰੀ, ਜਿਹਨੂੰ ਅਸੀਂ ਮੈਡੀਕਲੀ ਬਰੀਐਟ੍ਰਿਕ ਸਰਜਰੀ ਦਾ ਨਾਮ ਦਿੰਦੇ ਹਾਂ, ਆਹ ਤਿੰਨੇ ਕਾਰਨਾਂ ਨੂੰ ਲੜ ਕੇ ਤੁਹਾਡਾ ਮੋਟਾਪਾ ਦੂਰ ਕਰਦੀ ਹੈ। ਭਾਵੇਂ ਤੁਸੀਂ ਓਵਰ ਈਟਿੰਗ ਕਰਦੇ ਹੋ, ਭਾਵੇਂ ਤੁਹਾਡੇ ਜੈਨੈਟਿਕਲੀ ਮੋਟਾਪਾ ਜ਼ਿਆਦਾ ਆਉਂਦਾ ਹੈ, ਭਾਵੇਂ ਤੁਹਾਨੂੰ ਥਾਇਰਾਇਡ ਕਰਕੇ ਮੋਟਾਪਾ ਜ਼ਿਆਦਾ ਆਉਂਦਾ, ਉਹ ਤਿੰਨੋਂ ਕਾਰਨ ਲੜ ਕੇ ਤੁਹਾਡਾ ਜਿਹੜਾ ਓਵਰ ਵੇਟ ਹੈ ਉਹ ਘਟਾਉਣ ਵਿੱਚ ਤੁਹਾਡੀ ਹੈਲਪ ਕਰਦੀ ਹੈ। ਔਰ ਜੀ, ਤੁਸੀਂ ਕਿੰਨੇ ਕੁ ਸਾਲਾਂ ਤੋਂ ਇਹ ਕਰ ਰਹੇ ਹੋ? ਕਦੋਂ ਤੋਂ ਤੁਸੀਂ ਇਹ ਸਪੈਸ਼ਲਿਸਟ ਬਣੇ ਹੋ? ਪਿਛਲੇ 2007 ਤੋਂ ਅਸੀਂ ਇਹ ਵੇਟ ਲੋਸ ਸਰਜਰੀ ਆਪਣੇ ਹੌਸਪਿਟਲ 'ਚ ਸ਼ੁਰੂ ਕੀਤੀ ਸੀ। ਤਾਂ ਲਓ ਵੀ 11 ਸਾਲ ਤੋਂ ਅਸੀਂ ਤਰ੍ਹਾਂ ਤਰ੍ਹਾਂ ਦੇ ਵੇਟ ਲੋਸ ਦੇ ਜਿਹੜੇ ਓਪਰੇਸ਼ਨ ਆਪਣੇ ਜੰਮੂ ਹੌਸਪਿਟਲ ਜਲੰਧਰ ਵਿੱਚ ਕਰ ਰਹੇ ਹਾਂ। ਅਤੇ ਤੁਸੀਂ ਵੀ ਕਾਫੀ ਬਦਲ ਦੇਖਿਆ ਹੋਣਾ ਇਸ, ਕਿਉਂ ਹਰੇਕ ਫੀਲਡ ਵਿੱਚ ਬਦਲ ਤਾਂ ਆਉਂਦਾ ਹੀ ਹੈ। ਬਿਲਕੁਲ। ਨਵੀਆਂ ਮਸ਼ੀਨਾਂ, ਨਵੀਂ ਟੈਕਨੀਕ, ਬਹੁਤ ਸਾਰੀਆਂ ਟੈਕਨੀਕਸ ਚੇਂਜ ਹੋ ਗਈਆਂ। ਜੋ ਅਸੀਂ ਸਰਜਰੀ ਅੱਜ ਤੋਂ 11 ਸਾਲ ਪਹਿਲੇ ਸ਼ੁਰੂ ਕੀਤੀ ਸੀ, ਬੈਂਡ ਸਰਜਰੀ ਹੁੰਦੀ ਸੀ, ਰੂਹ ਐਨ ਵਾਈ ਗੈਸਟ੍ਰਿਕ ਬਾਈਪਾਸ ਸੀ, ਸਲੀਵ ਸਰਜਰੀ ਸੀ, ਅੱਜ ਕੱਲ੍ਹ ਰਿਵਰਸੇਬਲ ਸਰਜਰੀ ਸ਼ੁਰੂ ਹੋ ਗਈ, ਜਿਹਨੂੰ ਮਿੰਨੀ ਗੈਸਟ੍ਰਿਕ ਬਾਈਪਾਸ ਸਰਜਰੀ ਕਰਦੇ ਹਾਂ, ਜਿਹਦੇ ਵਿੱਚ ਸਰੀਰ 'ਚ ਕੋਈ ਚੀਜ਼ ਕੱਢੀ ਨਹੀਂ ਜਾਂਦੀ, ਕੋਈ ਚੀਜ਼ ਪਾਈ ਨਹੀਂ ਜਾਂਦੀ, ਬਸ ਬਣਤਰ ਚੇਂਜ ਕਰ ਦਿੰਦੇ ਹਾਂ। ਜੇ ਤੁਹਾਨੂੰ ਭੁੱਖ ਜ਼ਿਆਦਾ ਲੱਗਦੀ ਹੈ ਤਾਂ ਸਟਮਕ ਸਟੇਬਲ ਕਰਕੇ ਛੋਟਾ ਕਰ ਦਿੱਤਾ ਜਾਂਦਾ। ਜੇ ਘੱਟ ਖਾ ਕੇ ਮੋਟਾਪਾ ਆ ਰਿਹਾ ਤਾਂ ਇੰਟਸਟਾਈਨ ਦਾ ਉਹ ਹਿੱਸਾ ਜਿੱਥੇ ਲੋੜ ਤੋਂ ਬਾਅਦ ਓਵਰ ਅਬਜ਼ੋਰਪਸ਼ਨ ਹੋ ਰਹੀ ਸੀ, ਦੈਟ ਸਮ ਪਾਰਟ ਇਜ਼ ਬਾਈਪਾਸਡ, ਸੋ ਦੈਟ ਜਿਹੜਾ ਫੂਡ ਹੈ ਉਹ ਹਿੱਸੇ 'ਚ ਨਾ ਜਾਏ ਜਿੱਥੇ ਓਵਰ ਅਬਜ਼ੋਰਪਸ਼ਨ ਹੋ ਰਹੀ ਹੈ। ਮਤਲਬ ਉਹ ਜਿਹੜਾ ਪਾਰਟ ਹੈ ਬੋਡੀ ਦੇ ਵਿੱਚ ਹੀ ਰਹਿੰਦਾ, ਬੋਡੀ ਦੇ ਵਿੱਚੋਂ ਕੁਝ ਕੱਢਦੇ ਨਹੀਂ? ਕੁਛ ਨਹੀਂ ਕੱਢਦੇ, ਸਾਰਾ ਕੁਝ ਤੁਹਾਡਾ ਬੋਡੀ ਦੇ, ਕੋਈ ਬਲੱਡ ਨਹੀਂ, ਕੋਈ ਫੈਟ, ਕੁਛ, ਨਥਿੰਗ ਇਜ਼ ਟੇਕਨ ਆਊਟ। ਜਿਹੜੇ ਰਿਵਰਸੇਬਲ ਸਰਜਰੀ ਮੀਨਿੰਗ ਗੈਸਟ੍ਰਿਕ ਬਾਈਪਾਸ, ਸਾਰਾ ਸਿਸਟਮ ਅੰਦਰ ਹੈ। ਉਹ ਡਿਪੈਂਡ ਕਰਦਾ ਤੁਸੀਂ ਕਿੰਨੇ ਓਵਰ ਵੇਟ, ਹੁਣ ਕੋਈ ਬੰਦਾ 20 ਕਿਲੋ ਓਵਰ ਵੇਟ ਹੁੰਦਾ, ਕੋਈ 50 ਕਿਲੋ ਹੁੰਦਾ, ਕੋਈ 100 ਕਿਲੋ ਹੁੰਦਾ। ਸੋ ਹਰ ਇੱਕ ਡਿਫਰੈਂਟ ਬੋਡੀ ਹੈ ਅਤੇ ਡਿਫਰੈਂਟ ਉਹਨਾਂ ਦੇ ਅਸੀਂ ਵੇਟ ਲੋਸ ਕਰਨੇ ਹੁੰਦੇ ਆ। ਸੋ ਉਸੇ ਤਰ੍ਹਾਂ ਅਸੀਂ ਆਪਣੇ ਟੇਲਰ ਮੇਡ ਕਹਿ ਲਓ ਸਰਜਰੀ ਹੁੰਦੀ ਹੈ ਵੀ ਇਸ ਬੰਦੇ 'ਚ 30 ਕਿਲੋ ਲੂਜ਼ ਕਰਨਾ ਅਤੇ ਆਹ ਬੰਦੇ 70 ਕਿਲੋ ਲੂਜ਼ ਕਰਨਾ, ਸੋ ਵੀ ਪਲੈਨ ਸਰਜਰੀ ਵੀ ਉਨਾ ਕੁ ਬਾਈਪਾਸ ਕਰ ਦਿੱਤਾ ਜਾਂ ਉਨਾ ਕੁ ਸਟਮਕ ਦਾ ਸਾਈਜ਼ ਛੋਟਾ ਕਰ ਦਿੱਤਾ ਜਾਂ, ਅਤੇ ਅਸੀਂ ਉਨੇ ਕੁ ਅਲਾਓ ਕਰ ਦਿੰਦੇ ਹਾਂ ਵੀ ਖਾਣਾ ਪੀਣਾ ਜਿੰਨੀ ਕੁ ਉਹਦੀ ਹਾਈਟ ਦੇ ਹਿਸਾਬ ਨਾਲ ਹੈ। ਇਹ ਵੀ ਨਿਊਟ੍ਰੀਸ਼ਨ ਉਨੀ ਤਾਂ ਜਾਣੀ ਚਾਹੀਦੀ ਜਿੰਨੀ ਤੁਹਾਨੂੰ ਰੱਬ ਨੇ ਤੁਹਾਡਾ ਹਾਈਟ ਦਿੱਤੀ ਹੈ, ਆਕਾਰ ਦਿੱਤਾ ਹੈ ਆਪਣੇ ਆਪ ਨੂੰ ਸਸਟੇਨ ਕਰਨ ਲਈ। ਸੋ ਦੈਟ ਮੱਚ ਯੂ ਆਰ ਏਬਲ ਟੂ ਈਟ, ਵੱਧ ਤੁਹਾਨੂੰ ਖਾਣ ਲੱਗਿਆ ਤੁਹਾਨੂੰ ਪੇਟ ਭਰ ਜਾਂਦਾ, ਤੁਹਾਡਾ ਦਿਲ ਨਹੀਂ ਕਰਦਾ ਖਾਣ ਨੂੰ। ਅਤੇ ਜਿਹੜੇ ਬੰਦੇ ਘੱਟ ਖਾ ਕੇ ਮੋਟਾਪਾ ਦਾ ਸ਼ਿਕਾਰ ਹੋ ਰਹੇ ਸੀ, ਉਹ ਇੰਟੈਸਟਾਈਨ ਦਾ ਹਿੱਸਾ ਜਿੱਥੇ ਲੋੜ ਤੋਂ ਵੱਧ ਅਬਜ਼ੋਰਪਸ਼ਨ ਸੀ, ਪਾਚਣ ਸੀ, ਉਹ ਫੂਡ ਦੇ ਰਸਤੇ 'ਚੋਂ ਅਸੀਂ ਬਾਈਪਾਸ ਕਰ ਦਿੰਦੇ ਹਾਂ। ਡਾਕਟਰ ਸਾਹਿਬ, ਹਰੇਕ ਬੰਦੇ ਦਾ ਜਿਹੜਾ ਤੁਹਾਡੇ ਕੋਲ ਭਾਰ ਲੋਸ ਲਈ ਜਾਂਦਾ, ਉਹ ਤਾਂ ਹਰੇਕ ਦਾ ਸਟਮਿਕ ਛੋਟਾ ਹੁੰਦਾ ਅਤੇ ਇੰਟੈਸਟਾਈਨ ਦੇ ਵਿੱਚੋਂ ਜਿਹੜਾ ਬਾਈਪਾਸ ਕੀਤਾ ਜਾਂਦਾ, ਜੇ ਪਹਿਲਾਂ ਬੰਦਾ ਦੇਖਦੇ ਹੋ ਉਸ ਹਿਸਾਬ ਨਾਲ ਦੋਵਾਂ 'ਚੋਂ ਇੱਕ ਵੀ ਕਰਦੇ ਹੋ? ਸੰਗਤ ਸਾਹਿਬ, ਬਹੁਤ ਕੁਛ ਪੇਸ਼ੈਂਟ ਦਾ ਸਟੱਡੀ ਕਰਨਾ ਪੈਂਦਾ। ਹਰ ਇੱਕ ਓਪਰੇਸ਼ਨ ਹਰ ਇੱਕ ਪੇਸ਼ੈਂਟ 'ਤੇ ਨਹੀਂ ਕੀਤਾ ਜਾ ਸਕਦਾ, ਸੇਮ ਰੂਲ ਨਹੀਂ ਅਪਲਾਈ ਹੁੰਦਾ, ਹਰ ਇੱਕ ਬੋਡੀ ਡਿਫਰੈਂਟ ਹੈ। ਸੋ ਪੇਸ਼ੈਂਟ ਦੇ ਨਾਲ ਕੌਂਸਲ ਕਰਕੇ ਉਹਦੇ ਅਸੀਂ
ਤੇ ਉਹਨੂੰ ਇਕੱਲਾ ਮੋਟਾਪਾ ਹੀ ਆ ਕਿ ਮੋਟਾਪੇ ਦੇ ਨਾਲ ਸ਼ੂਗਰ, ਕਰਾੜੇ, ਬਲੱਡ ਪ੍ਰੈਸ਼ਰ, ਕੋਲੈਸਟਰੋਲ ਵਾਲੀਆਂ ਪ੍ਰੋਬਲਮਸ ਵੀ ਆ, ਇਨਫਰਟੀਲਿਟੀ ਵੀ ਹੈ, ਸੋ ਉਸੇ ਤਰ੍ਹਾਂ ਅਸੀਂ ਓਪਰੇਸ਼ਨ ਪਲਾਨ ਕੀਤਾ ਜਾਂਦਾ। ਹੁਣ ਕੋਈ ਬੰਦਾ 20 ਕਿਲੋ ਓਵਰ ਵੇਟ ਆ, ਕੋਈ 50 ਕਿਲੋ ਆ, ਕੋਈ 100 ਕਿਲੋ ਹੈ, ਉਹ ਹਰ ਇੱਕ ਲਈ ਅਸੀਂ ਸੇਮ ਚੀਜ਼ ਓਪਰੇਸ਼ਨ ਹੀ ਹੁੰਦਾ। ਜਿਹੜਾ ਜ਼ਿਆਦਾ ਵੇਟ ਲੂਜ਼ ਕਰਨਾ ਉਹਦਾ ਬਾਈਪਾਸ ਥੋੜ੍ਹਾ ਜ਼ਿਆਦਾ ਕੀਤਾ ਜਾਂਦਾ, ਜਿਹਨੇ ਘੱਟ ਵੇਟ ਲੂਜ਼ ਕਰਨਾ ਉਹਦਾ ਬਾਈਪਾਸ ਥੋੜ੍ਹਾ ਘੱਟ ਕੀਤਾ ਜਾਂਦਾ। ਸੋ ਦੈਟ ਤੁਸੀਂ ਉਹਨਾਂ ਕੁ ਖਾ ਸਕੋ ਜਿੰਨੇ ਤੁਹਾਨੂੰ ਬੋਡੀ ਦੀ ਹਾਈਟ ਆ, ਆਕਾਰ ਹੈ, ਓਵਰ ਈਟਿੰਗ ਤੁਹਾਨੂੰ ਕਰਨ ਦੀ ਜ਼ਰੂਰਤ ਨਾ ਪਏ। ਅਤੇ ਜੇ ਤੁਸੀਂ ਘੱਟ ਖਾ ਕੇ ਮੋਟਾਪੇ ਦੇ ਸ਼ਿਕਾਰ ਸੀ ਤਾਂ ਅਸੀਂ ਉਹ ਹਿੱਸਾ ਹੀ ਤੁਹਾਡਾ ਬਾਈਪਾਸ ਕਰ ਦੇਣਾ ਜਿੱਥੇ ਲੋੜ ਤੋਂ ਵੱਧ ਤੁਹਾਡੇ ਓਵਰ ਅਬਜ਼ੋਰਪਸ਼ਨ ਹੋ ਰਹੀ ਸੀ। ਔਰ ਜਿਹੜੇ ਡਾਇਬੈਟਿਕ ਨੇ ਇਹਨਾਂ ਦੇ ਵੀ ਓਪਰੇਸ਼ਨ ਹੋ ਜਾਂਦੇ ਨੇ ਜਾਂ ਫਿਰ ਜਿਹੜੇ ਜਿਹਨਾਂ ਕੋਈ ਕੰਪਲੀਕੇਸ਼ਨ ਨੇ ਸਿਹਤ ਪੱਖੋਂ? ਬਿਲਕੁਲ, ਡਾਇਬੈਟਿਕ ਪੇਸ਼ੈਂਟਸ ਦਾ ਸਗੋਂ ਡਬਲ ਬੈਨੀਫਿਟ ਹੈ, ਕਿਉਂਕਿ ਇੱਕ ਤਾਂ ਵੇਟ ਲੋਸ ਹੋਣਾ ਹੀ ਹੋਣਾ, ਉਹਨਾਂ ਦੇ ਟਾਈਪ 2 ਡਾਇਬਟੀਜ਼ ਹੈ। ਟਾਈਪ 2 ਡਾਇਬਟੀਜ਼ ਹੁੰਦੀ ਹੈ ਜਿਹੜੀ ਸਾਨੂੰ ਜਮਾਂਦਰੂ ਨਹੀਂ ਹੁੰਦੀ, ਲੇਟ ਔਨ ਇਨ ਲਾਈਫ ਹੁੰਦੀ ਹੈ, ਜਿਹਦੇ ਬੋਡੀ ਕੁਛ ਨਾ ਕੁਛ ਤੁਹਾਡਾ ਪੈਂਕਰੀਅਸ ਇਨਸੁਲਿਨ ਬਣਾਉਂਦਾ ਹੁੰਦਾ, ਪਰ ਇਨਸੁਲਿਨ ਇਨਸਫੀਸ਼ੀਐਂਟ ਹੁੰਦੀ ਹੈ ਜਿਹਦੇ ਕਰਕੇ ਤੁਹਾਨੂੰ ਸ਼ੂਗਰ ਹੋ ਜਾਂਦੀ ਹੈ। ਸੋ ਡਾਇਬਟਿਕ ਪੇਸ਼ੈਂਟਸ ਅਸੀਂ ਦੇਖਦੇ ਹਾਂ ਜਦੋਂ ਅਸੀਂ ਗੈਸਟ੍ਰਿਕ ਬਾਈਪਾਸ ਜਾਂ ਮਿਨੀ ਗੈਸਟ੍ਰਿਕ ਬਾਈਪਾਸ ਓਪਰੇਸ਼ਨ ਕਰਦੇ ਹਾਂ, ਜਿਹੜੇ ਇਨਸਫੀਸ਼ੀਐਂਟ ਜਾਂ ਘੱਟ ਕੁਆਂਟਿਟੀ ਇਨਸੁਲਿਨ ਬੋਡੀ 'ਚ ਬਣ ਰਹੀ ਹੈ, ਦੈਟ ਇਜ਼ ਸਫੀਸ਼ੀਐਂਟ ਤੁਹਾਡੀ ਸ਼ੂਗਰ ਕੰਟਰੋਲ ਕਰਨ ਲਈ। ਸੋ ਡਾਇਬਟਿਕ ਪੇਸ਼ੈਂਟਸ ਨੂੰ ਸਗੋਂ ਡਬਲ ਬੈਨੀਫਿਟ ਹੈ, ਉਹਦੇ ਸ਼ੂਗਰ ਵੀ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਹੜੇ ਉਹ ਆਰਟੀਫਿਸ਼ਲ ਇਨਸੁਲਿਨ ਦੇ ਟੀਕੇ ਲਾਉਂਦੇ ਆ ਜਾਂ ਗੋਲੀਆਂ ਕੈਪਸੂਲ ਖਾਂਦੇ ਆ, ਉਹ ਵੀ ਹੌਲੀ ਹੌਲੀ ਕਰਕੇ ਘੱਟ ਕੇ ਸਟੋਪ ਹੋ ਜਾਂਦੇ ਆ। ਇਸੇ ਤਰ੍ਹਾਂ ਜਿਵੇਂ ਸਾਡੀ ਐਕਸਟਰਨਲ ਫੈਟ ਜਾਂਦੀ ਹੈ, ਸਾਡੀ ਇੰਟਰਨਲ ਫੈਟ ਜਿਹੜੀ ਖੂਨ ਦੀਆਂ ਨਾਲੀਆਂ 'ਚ ਜਮ੍ਹਾਂ ਹੁੰਦੀ ਆ, ਜਿਹਨੂੰ ਅਸੀਂ ਕੋਲੈਸਟਰੋਲ ਡਿਪੋਜ਼ਿਟ ਜਾਂ ਐਥਰੋਸੈਕਲੋਰੋਸਿਸ ਕਹਿੰਦੇ ਹਾਂ, ਤੁਹਾਡੇ ਉਹ ਵੀ ਖੁਰਨੀ ਸ਼ੁਰੂ ਹੋ ਜਾਂਦੀ ਆ, ਤੁਹਾਡੇ ਖੂਨ ਦੀਆਂ ਨਾਲੀਆਂ ਦਾ ਆਕਾਰ ਖੁੱਲ੍ਹਾ ਹੋ ਜਾਂਦਾ, ਅਤੇ ਤੁਹਾਡਾ ਜਿਹੜਾ ਬਲੱਡ ਦਾ ਬਹਾਵ ਹੈ, ਜਿਹੜਾ ਬਲੱਡ ਪ੍ਰੈਸ਼ਰ ਹਾਈ ਹੁੰਦਾ, ਉਹ ਠੀਕ ਹੋਣਾ ਸ਼ੁਰੂ ਹੋ ਜਾਂਦਾ। ਇਸੇ ਕਰਕੇ ਤੁਹਾਨੂੰ ਹਾਰਟ ਅਟੈਕ, ਸਟ੍ਰੋਕ ਹੋਣ ਦੇ ਚਾਂਸਿਸ ਘੱਟ ਜਾਂਦੇ ਆ। ਔਰ ਡਾਕਟਰ ਸਾਹਿਬ, ਕਈ ਵਾਰ ਕਈ ਲੋਕ ਗੱਲ ਕਰਦੇ ਨੇ ਫਲਾਣਾ ਬੰਦਾ ਗਿਆ ਉਹਨੇ ਢਿੱਡ 'ਚ ਚਰਬੀ ਕਢਾਈ ਹੈ, ਇਹ ਚਰਬੀ ਵੀ ਨਿਕਲਦੀ ਹੈ ਜਾਂ ਫਿਰ ਇਹਨੂੰ ਕਹਿ ਦਿੰਦੇ ਹੌਲੀ ਹੌਲੀ ਜਿਹਦਾ? ਬਿਲਕੁਲ, ਜਿਹੜੀ ਚਰਬੀ ਕੱਢਣਾ ਉਹਨੂੰ ਲਾਈਪੋਸੈਕਸ਼ਨ, ਉਹ ਡਿਫਰੈਂਟ ਸਰਜਰੀ ਹੈ। ਅੱਛਾ, ਜਿਹੜੀ ਵੇਟ ਲੋਸ ਹੈ ਇਹ ਬਿਲਕੁਲ ਅੱਡ ਸਰਜਰੀ ਹੈ। ਜਿਹੜੀ ਵੇਟ ਲੋਸ ਸਰਜਰੀ ਨੂੰ ਬਰੀਆਟ੍ਰਿਕ ਸਰਜਰੀ ਕਰਦੇ, ਇੱਕ ਲਾਈਫ ਸੇਵਿੰਗ ਸਰਜਰੀ ਹੈ, ਅਤੇ ਜਿਹੜੀ ਲਾਈਪੋਸੈਕਸ਼ਨ ਇੱਕ ਕੋਸਮੈਟਿਕ ਸਰਜਰੀ ਹੈ, ਜਿਹੜੇ ਕਿ ਭਾਰ ਬਿਲਕੁਲ ਨਹੀਂ ਘਟਾਉਂਦੀ, ਨਾ ਹੀ ਕੋਈ ਸ਼ੂਗਰ, ਘਰਾੜੇ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਂਦੀ ਹੈ। ਉਹ ਤਾਂ ਸੁੰਦਰ ਅਭਿਆਸ, ਪੇਟ ਦਾ ਇਕੱਲਾ ਵੱਢਦੇ ਨੇ ਜਿਹੜੀ ਵੱਧ। ਇਹ 'ਚ ਅਸੀਂ ਜਿਹੜਾ ਓਪਰੇਸ਼ਨ ਕਰਦੇ ਹਾਂ, ਕੋਈ ਲੰਬੀ ਚੌੜੀ ਚੀਰ ਫਾੜ ਨਹੀਂ ਕੀਤੀ ਜਾਂਦੀ, ਕੋਈ ਕਟਿੰਗ ਨਹੀਂ ਕੀਤੀ ਜਾਂਦੀ, ਕੋਈ ਬੋਡੀ 'ਚੋਂ ਫੈਟ ਨਹੀਂ ਕੱਢੀ ਜਾਂਦੀ। ਜਿਹੜੇ ਅਸੀਂ ਓਪਰੇਸ਼ਨ ਕਰਦੇ ਹਾਂ ਉਹ ਸਾਰੇ ਦੂਰਬੀਨੀ ਟੈਕਨੀਕ, ਲੈਪਰੋਸਕੋਪਿਕ ਵਿਧੀ ਨਾਲ ਕੀਤੇ ਜਾਂਦੇ ਆ। ਸਰੀਰ 'ਚ ਇੱਕ ਇੱਕ ਸੈਂਟੀਮੀਟਰ ਚਾਰਟ ਕੱਟ ਤੁਹਾਡੇ ਪੇਟ ਦੇ ਹਿੱਸੇ 'ਚ ਦਿੱਤੇ ਜਾਂਦੇ ਆ, ਜਿੱਥੋਂ ਅਸੀਂ ਆਪਣਾ ਜਿਹੜਾ ਵੀ ਓਪਰੇਸ਼ਨ ਕਰਨਾ ਆਪਣੇ ਇੰਸਟਰੂਮੈਂਟ ਪਾ ਕੇ ਕਰ ਦਿੰਦੇ ਹਾਂ। ਅਤੇ ਤਕਰੀਬਨ 20 ਤੋਂ 30 ਮਿੰਟ ਦੇ ਸਮੇਂ ਵਿੱਚ, ਬਹੁਤ ਛੋਟੇ ਸਮੇਂ 'ਚ ਜਿਹੜਾ ਅਸੀਂ ਵੇਟ ਲੋਸ ਦਾ ਓਪਰੇਸ਼ਨ ਆ ਉਹ ਕਰ ਦਿੰਦੇ ਹਾਂ। ਅਤੇ ਸਾਡੇ ਉਹ ਪੇਸ਼ੈਂਟ ਓਪਰੇਸ਼ਨ ਤੋਂ ਕੁਛ ਘੰਟਿਆਂ ਬਾਅਦ ਚੱਲਣਾ ਫਿਰਨਾ ਵੀ ਸਟਾਰਟ ਕਰ ਦਿੰਦੇ ਆ, ਲਿਕੁਇਡ ਡਾਇਟ ਵੀ ਲੈਣੀ ਸਟਾਰਟ ਕਰ ਦਿੰਦੇ ਆ, ਅਤੇ 1-2 ਦਿਨ ਤੋਂ ਬਾਅਦ ਪੇਸ਼ੈਂਟ ਹੌਸਪਿਟਲ ਤੋਂ ਛੁੱਟੀ ਵੀ ਹੋ ਜਾਂਦੀ। ਜੀ, ਅਸੀਂ ਗੱਲਬਾਤ ਕਰ ਰਹੇ ਹਾਂ ਡਾਕਟਰ ਜੰਮੂ ਜੀ ਦੇ ਨਾਲ, ਤੁਸੀਂ ਜਾਇਓ ਨਾ ਕਿਤੇ, ਛੋਟੀ ਜਿਹੀ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਬਹੁਤ ਸਾਰੀਆਂ ਹੋਰ ਗੱਲਾਂ ਬਾਤਾਂ ਵੀ ਜਾਣਾਂਗੇ, ਸਾਡੀ ਸਿਹਤ ਨੂੰ ਕਿਵੇਂ ਅਸੀਂ ਵਧੀਆ ਰੱਖ ਸਕਦੇ ਹਾਂ, ਦਿੱਖ ਵੀ ਵਧੀਆ ਸਕਦੇ ਹਾਂ ਅਤੇ ਆਪਣੀ ਜਿਹੜੀ ਸਿਹਤ ਹੈ ਉਹਨੂੰ ਚੰਗਾ ਵੀ ਰੱਖ ਸਕਦੇ ਹਾਂ। ਅਤੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਗੱਲਬਾਤ ਅਸੀਂ ਡਾਕਟਰ ਜੀ ਐੱਸ ਜੰਮੂ ਜੀ ਨਾਲ ਕਰ ਰਹੇ ਹਾਂ, ਜੰਮੂ ਹੋਸਪਿਟਲ ਜਲੰਧਰ ਦੇ ਵਿੱਚ ਹੈ, ਜਿੱਥੇ ਜਾ ਕੇ ਬਹੁਤ ਸਾਰੇ ਲੋਕਾਂ ਨੇ ਆਪਣੇ ਜਿਹੜੀ ਫੈਟ ਹੈ ਉਹਨੂੰ ਘਟਾਇਆ ਹੈ। ਇਹ ਜਿਹੜੀ ਫੈਟ ਤੁਸੀਂ ਸਰਜਰੀ ਕਰ ਦਿੰਦੇ ਹੋ ਅਤੇ ਫਿਰ ਫੈਟ ਹੌਲੀ ਹੌਲੀ ਸਰੀਰ ਦੇ ਵਿੱਚੋਂ ਜਾਂਦੀ ਹੈ ਜਾਂ ਫਿਰ ਲੱਗਦਾ ਵੀ ਇੱਕ ਹਫ਼ਤੇ ਦੇ ਵਿੱਚ ਘੱਟ ਜੂ ਜਾਂ ਫਿਰ ਕੋਈ ਸਮਾਂ ਹੈ, ਕਿੰਨੇ ਕੁ ਸਮੇਂ ਦੇ ਵਿੱਚ ਜਿਹੜਾ ਬੰਦਾ ਹੈ ਤੁਹਾਨੂੰ ਲੱਗਦਾ ਆਪਣੇ? ਸੰਗਤ ਸਾਹਿਬ, ਜਿਹੜੀ ਅਸੀਂ ਸਰਜਰੀ ਕਰਦੇ ਹਾਂ ਵੇਟ ਲੋਸ ਸਰਜਰੀ, ਉਹਨਾਂ ਨਾਲ ਬੋਡੀ 'ਚੋਂ ਕੋਈ ਫੈਟ ਇੱਕਦਮ ਅਸੀਂ ਬਾਹਰ ਨਹੀਂ ਕੱਢਦੇ। ਓਪਰੇਸ਼ਨ ਤੋਂ ਬਾਅਦ ਹੌਲੀ ਹੌਲੀ ਤੁਹਾਡੇ ਜਿਹੜੇ ਫੈਟ ਆ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਤਕਰੀਬਨ ਲੈ ਲਓ 7-8 ਪਾਉਂਡ, ਮਤਲਬ 3-4 ਕਿਲੋ ਐਵਰੀ ਮੰਥ ਦਾ ਜਿਹੜਾ ਵੇਟ ਉਹ ਘਟਣਾ ਸ਼ੁਰੂ ਹੋ ਜਾਂਦਾ। ਜਿਹੜੇ ਬੰਦੇ ਜ਼ਿਆਦਾ ਓਵਰ ਵੇਟ ਆ ਉਹ ਜ਼ਿਆਦਾ ਤੇਜ਼ੀ ਨਾਲ ਵੇਟ ਘਟਾਉਂਦੇ ਆ। ਤਕਰੀਬਨ 1-1.5 ਸਾਲ 'ਚ, ਮਤਲਬ 12-18 ਮਹੀਨਿਆਂ ਦੇ ਸਮੇਂ 'ਚ, ਜਿਹੜਾ ਵੀ ਐਕਸੈਸ ਵੇਟ ਹੈ, ਐਕਸੈਸ ਫੈਟ ਹੈ, ਉਹ ਬੋਡੀ ਹੌਲੀ ਹੌਲੀ ਕਰਕੇ ਲੂਜ਼ ਕਰ ਜਾਂਦੀ ਹੈ। ਔਰ ਬੋਡੀ ਦੇ ਵਾਸਤੇ ਜਿਹੜਾ ਸਿਹਤਮੰਦ ਰਹਿਣਾ ਆ, ਜਿਹੜੀ ਇਹ ਹਮੇਸ਼ਾ ਰਹਿੰਦੀ ਹੈ ਜਾਂ ਫਿਰ ਕਦੇ ਉਹ ਆਪਣਾ ਜਿਹੜਾ ਪੇਟ ਹੈ ਉਹਨੂੰ ਖੋਲ੍ਹ ਵੀ ਸਕਦੇ ਨੇ ਜਿਹੜੀ ਬਾਈਪਾਸ ਕੀਤੀ? ਹਾਂ ਬਿਲਕੁਲ, ਕੁਛ ਓਪਰੇਸ਼ਨ ਅਸੀਂ ਰਿਵਰਸੇਬਲ ਵੀ ਕਰਦਾ, ਜਿਵੇਂ ਕਿ ਮਿੰਨੀ ਗੈਸਟ੍ਰਿਕ ਬਾਈਪਾਸ ਓਪਰੇਸ਼ਨ ਆ, ਜਦੋਂ ਸਰੀਰ 'ਚ ਕੋਈ ਚੀਜ਼ ਕੱਢੀ ਨਹੀਂ ਜਾਂਦੀ, ਪਾਈ ਨਹੀਂ ਜਾਂਦੀ, ਸਿਰਫ ਬਣਤਰ ਚੇਂਜ ਕਰਦੇ ਹਾਂ। ਤੋ ਸੋ ਕਿਸੇ ਕਾਰਨ ਕਰਕੇ ਜੋ ਕੋਈ ਥੋੜ੍ਹੀ ਦੇਰ ਬਾਅਦ, 1-2 ਸਾਲ, 10 ਸਾਲ ਬਾਅਦ ਕੋਈ ਕਹੇ ਵੀ ਮੈਂ ਵਾਪਸ
ਉਹੋ ਜਿਹਾ ਖਾਣਾ ਪੀਣਾ ਚਾਹੁੰਦਾ ਜਾਂ ਉਹੋ ਜਿਹਾ ਵੇਟ ਗੇਨ ਕਰਨਾ ਚਾਹੁੰਦਾ, ਤਕਰੀਬਨ 15-20 ਮਿੰਟਾਂ ਦਾ ਓਪਰੇਸ਼ਨ ਸਾਰਾ ਕੁਛ ਅਸੀਂ ਰਿਵਰਸ ਕਰ ਦਿੰਦੇ ਹਾਂ, ਸਟੈਪਲ ਖੋਲ੍ਹ ਦਿੰਦੇ ਹਾਂ ਅਤੇ ਬੈਕ ਟੂ ਬੈਕ ਨੋਰਮਲ ਉਦੋਂ ਹੀ ਜੋੜ ਦਿੱਤਾ ਜਾਂਦਾ। ਔਰ ਜੀ ਇਹ ਕਿੰਨਾ ਕੁ ਸੇਫ ਹੈ ਵੈਸੇ ਆਪਣੇ ਤੌਰ 'ਤੇ, ਤੁਸੀਂ ਕੀ ਰੈਕਮੈਂਡ ਕਰਦੇ ਹੋ ਬਈ ਕਿੰਨਾ ਕੁ ਸੇਫ ਹੈ? ਅਗਰ ਸੇਫਟੀ ਪੱਖੋਂ ਦੇਖੋ ਤਾਂ ਲਾਈਫ ਸੇਵਿੰਗ ਸਰਜਰੀ ਹੈ, ਲੋਕਾਂ ਦੇ ਮਨ 'ਚ ਕਈ ਵਾਰ ਧਾਰਨਾ ਹੁੰਦੀ ਹੈ ਬਈ ਸ਼ਾਇਦ ਕੋਈ ਰਿਸਕੀ ਸਰਜਰੀ ਹੈ। ਮੈਂ ਤੁਹਾਨੂੰ ਇਗਜ਼ਾਮਪਲ ਦੇ ਦਿੰਦਾ, ਤੁਸੀਂ ਗੂਗਲ ਕਰਕੇ ਦੇਖ ਲਓ, ਸਟੱਡੀਜ਼ ਕੱਢ ਕੇ ਦੇਖ ਲਓ ਵੀ ਇੱਕ ਓਪਰੇਸ਼ਨ ਜਿਵੇਂ ਕੋਈ ਕਿਸੇ ਸਟਰੋਕ ਹੋ ਜਾਵੇ ਜਾਂ ਓਪਰੇਸ਼ਨ ਕਰਾਉਣਾ ਪਏ ਤਾਂ ਤਕਰੀਬਨ 28% ਲਾਈਫ ਦਾ ਰਿਸਕ ਹੁੰਦਾ ਹੈ। ਇਸੇ ਤਰ੍ਹਾਂ ਜੇ ਤੁਸੀਂ ਹਰਨੀਆਂ ਦਾ ਓਪਰੇਸ਼ਨ ਕਰਾਉਣਾ ਤਾਂ 4-5% ਰਿਸਕ ਹੁੰਦਾ ਹੈ। ਪਰ ਜੇ ਤੁਸੀਂ ਕੋਈ ਵੇਟ ਲੋਸ ਸਰਜਰੀ ਕਰਾਉਣੀ ਹੈ ਤਾਂ ਰਿਸਕ ਫੈਕਟ ਆ ਜਿਹੜੇ ਸਟੱਡੀਜ਼ ਕਹਿੰਦੀਆਂ 0.3% ਰਿਸਕ ਹੈ। ਸੋ ਸਭ ਤੋਂ ਘੱਟ ਰਿਸਕੀ ਹੈ। ਸੋ ਓਵਰ ਵੇਟ ਕਰਕੇ ਦੇਖੋ ਤੁਹਾਨੂੰ ਪ੍ਰੋਬਲਮਸ ਕਿੰਨੀਆਂ ਆਉਂਦੀਆਂ, ਤੁਹਾਨੂੰ ਹਾਰਟ ਦੀ ਪ੍ਰੋਬਲਮ ਹੋ ਸਕਦੀ ਹੈ, ਤੁਹਾਨੂੰ ਸਟ੍ਰੋਕ ਹੋ ਸਕਦਾ, ਤੁਹਾਨੂੰ ਸ਼ੂਗਰ ਹੋ ਸਕਦੀਆਂ। ਇੱਕ ਸ਼ੂਗਰ ਵਾਲੇ ਰੋਗੀ ਨੂੰ ਤੁਹਾਨੂੰ ਪਤਾ ਅੱਖਾਂ ਵੀ ਖਰਾਬ ਹੋ ਸਕਦੀਆਂ, ਤੁਹਾਡੇ ਕਿਡਨੀਆਂ ਖਰਾਬ ਹੋ ਸਕਦੀਆਂ। ਸੋ ਬਹੁਤ ਸਾਰੀਆਂ ਨਾਮੁਰਾਦ ਚੀਜ਼ਾਂ ਤੁਹਾਨੂੰ ਹੋਰ ਜੁੜ ਜਾਂਦੀਆਂ। ਪਰ ਇੱਕ ਸਿੰਪਲ ਓਪਰੇਸ਼ਨ ਜਿਹਦਾ 0.3% ਲਿਟਰੇਚਰ ਕਹਿੰਦਾ ਰਿਸਕ, ਤੁਸੀਂ ਸਾਰੀਆਂ ਬਿਮਾਰੀਆਂ ਤੋਂ ਬਚ ਜਾਂਦੇ ਹੋ, ਆਪਣੀ ਲਾਈਫ ਸੇਫ ਕਰ ਲੈਂਦੇ ਹੋ। ਸਟੱਡੀਜ਼ ਤਾਂ ਇਹ ਵੀ ਕਹਿੰਦੀਆਂ ਵੀ ਜਿਹੜੇ ਉਹ ਲੋਕਾਂ ਨੇ ਮੋਟਾਪਾ ਆਪਣਾ ਵੇਟ ਲੋਸ ਸਰਜਰੀ ਨਾਲ ਘਟਾਇਆ ਉਹ ਘੱਟੋ ਘੱਟ ਆਮ ਬੰਦੇ ਨਾਲ 8-10 ਸਾਲ ਉਮਰ ਉਹਨਾਂ ਦੀ ਵੱਧ ਜਾਂਦੀ ਹੈ। ਅੱਛਾ, ਸੋ ਤੁਸੀਂ ਦੇਖ ਸਕਦੇ ਵੀ ਲਾਈਫ ਸੇਵਿੰਗ ਸਰਜਰੀ ਹੈ, ਇਹਨੂੰ ਬਹੁਤ ਸਾਰੇ ਫਾਇਦੇ ਆ। ਬਹੁਤ ਗਲਤ ਧਾਰਨਾਵਾਂ ਕਈ ਵਾਰ ਲੋਕਾਂ ਨੂੰ ਸੁਣਨ ਸੁਣਨ ਨੂੰ ਮਿਲ ਜਾਂਦੀਆਂ ਵੀ ਸ਼ਾਇਦ ਰਿਸਕੀ ਸਰਜਰੀ ਹੈ ਜਾਂ ਤੁਹਾਨੂੰ ਕੋਈ ਪ੍ਰੋਬਲਮ ਆਏਗੀ, ਪਰ ਇਹੋ ਜਿਹੀ ਕੋਈ ਗੱਲ ਨਹੀਂ। ਤੁਸੀਂ ਚੀਫ ਸਰਜਨ ਹੋ ਹਸਪਤਾਲ ਦੇ, ਹਰੇਕ ਸਰਜਰੀ ਬਾਰੇ ਖੁਦ ਜਾਂਦੇ ਹੋ ਨਾ? ਹਾਂਜੀ, ਮੈਂ ਸਾਰੀ ਸਰਜਰੀ ਜਿਹੜੀ ਵੇਟ ਲੋਸ ਦੀ ਖੁਦ ਕਰਦਾ। ਤੁਸੀਂ ਆਪ ਹੀ ਕਰਦੇ ਹੋ? ਹਾਂਜੀ, ਮੈਂ ਆਪ ਕਰਦਾ ਜੀ। ਕਿੰਨੇ ਕੁ ਥੀਏਟਰ ਦੇ ਵਿੱਚ ਕਿੰਨਾ ਟਾਈਮ ਲੱਗਦਾ ਜਦੋਂ ਕਰਦੇ ਹੋ? ਥੀਏਟਰ ਟਾਈਮ ਮੈਂ ਦੱਸ ਰਿਹਾ ਤਕਰੀਬਨ 20-30 ਮਿੰਟ ਦੇ ਸਮੇਂ 'ਚ ਕਰਦੇ। ਸਾਡੇ ਕੋਲ ਇਹੋ ਜਿਹੇ 3 ਵਰਲਡ ਕਲਾਸ ਦੇ ਅਸੀਂ ਆਪਣੇ ਓਪਰੇਸ਼ਨ ਥੀਏਟਰ ਬਣਾਏ ਆ, ਜਿਹੜੇ ਕਿ ਜਰਮਨੀ ਟੈਕਨੋਲੋਜੀ ਨਾਲ ਬਣਾਏ ਆ, ਕਾਲ ਸਟੋਰਸ ਕੰਪਨੀ ਨਾਲ। ਮਾਡਲਰ ਓਪਰੇਟਿੰਗ ਰੂਮਸ ਆ ਸਾਡੇ, ਉਹ ਐਜ਼ ਗੁੱਡ ਐਜ਼ ਜੋ ਤੁਸੀਂ ਕੈਨੇਡਾ, ਅਮੈਰੀਕਾ ਜਾਂ ਯੂਰਪੀਅਨ ਨੇਸ਼ਨ 'ਚ ਦੇਖਦੇ ਹੋ, ਉਹੋ ਜਿਹੇ ਅਸੀਂ ਬਣਾਏ ਆ। ਸੋ ਉਹਦੇ ਅੰਦਰ ਅਸੀਂ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਵਰਲਡ ਦੀਆਂ ਬੈਸਟ ਫੈਸਿਲਿਟੀ, ਸਾਡੇ ਕੈਮਰੇ ਆ, ਸਾਡੇ ਬੇਹੋਸ਼ੀ ਕਰਨ ਦੇ ਟੈਕਨੀਕ ਜਾਂ ਡਾਕਟਰ ਜਾਂ ਸਟਾਫ ਹੈ, ਉਹ ਅਸੀਂ ਸਾਰੀਆਂ ਸਰਵਿਸ, ਹਰ ਇੱਕ ਬੰਦੇ ਨੂੰ ਆਪਣਾ ਆਪਣਾ ਕੰਮ ਪਤਾ। ਜਿਵੇਂ ਮੈਂ ਸਰਜਰੀ ਕਰਨੀ ਆ, ਸਾਡੇ ਬੇਹੋਸ਼ੀ ਵਾਲੀ ਟੀਮ ਨੂੰ ਆਪਣਾ ਕੰਮ ਪਤਾ, ਮੁੜ ਕੇ ਰਿਕਵਰੀ ਰੂਮ ਟੀਮ ਨੂੰ ਆਪਣਾ ਕੰਮ ਪਤਾ, ਸਾਰਾ ਅਸੀਂ ਪਲੈਨਿੰਗ ਨਾਲ ਕੰਮ ਕਰਕੇ ਜਿਹੜੇ ਪੇਸ਼ੈਂਟ ਆ ਸਾਡੇ 1.5 ਘੰਟੇ ਦੇ ਸਮੇਂ ਦੇ ਵਿੱਚ ਓਪਰੇਸ਼ਨ ਥੀਏਟਰ ਤੋਂ ਬਾਹਰ ਚਲੇ ਜਾਂਦੇ ਆ, ਅਤੇ ਤਕਰੀਬਨ 1.5-2 ਦਿਨ 36-48 ਘੰਟੇ ਦੇ ਬਾਅਦ ਪੇਸ਼ੈਂਟ ਆਪਣੇ ਘਰ ਵਿੱਚ ਚਲੇ ਜਾਂਦੇ ਆ। ਅਤੇ ਕਿੰਨਾ ਚਿਰ ਪਹਿਲਾਂ ਜਿਹੜਾ ਪੇਸ਼ੈਂਟ ਹਸਪਤਾਲ 'ਚ ਆਉਂਦਾ, ਦਾਖਲ ਕਰਦੇ ਹੋ ਜਾਂ ਉਹਨੂੰ ਅੰਦਰ ਲੈਂਦੇ ਹੋ ਐਡਮਿਟ? ਕਿਉਂਕਿ ਪੇਸ਼ੈਂਟ ਜੇ ਅਸੀਂ ਇਨਵੈਸਟੀਗੇਸ਼ਨ ਪਹਿਲੇ ਕਰ ਚੁੱਕਾ ਅਤੇ ਅਸੀਂ ਸੇਮ ਡੇ ਆਫ ਓਪਰੇਸ਼ਨ ਬੁਲਾਈ ਜਾਂ, ਜੇ ਪੇਸ਼ੈਂਟ ਨਵਾਂ ਕੋਈ ਆਇਆ, ਜੇ ਕੋਲ ਟਾਈਮ ਘੱਟ ਹੈ ਜਾਂ ਕੈਨੇਡਾ ਤੋਂ ਆਇਆ ਅਤੇ ਉਹ ਕੋਲ ਬਹੁਤ ਸਮਾਂ ਕੰਮ ਹੈ, ਤਾਂ ਕਈ ਵਾਰ 4-5 ਘੰਟੇ ਦੀ ਇਨਵੈਸਟੀਗੇਸ਼ਨ, ਮੈਡੀਕਲ ਕਲੀਅਰੈਂਸ ਤੋਂ ਬਾਅਦ ਜੋ ਸਾਨੂੰ ਲੱਗੇ ਵੀ ਪੇਸ਼ੈਂਟ ਮੈਡੀਕਲੀ ਫਿੱਟ ਹੈ ਸਰਜਰੀ ਵਾਸਤੇ, ਕੋਈ ਉਹਨੂੰ ਬਲੱਡ ਥਿਨਰ ਮੈਡੀਸਨ ਨਹੀਂ ਚੱਲ ਰਹੀ, ਸਾਡੇ ਹਾਰਟ ਦੇ ਸਪੈਸ਼ਲਿਸਟ ਅਤੇ ਬੀਓਸ਼ੀ ਦੇ ਸਪੈਸ਼ਲਿਸਟ ਉਹ ਕਲੀਅਰ ਕਰ ਦਿੰਦੇ ਆ, ਅਤੇ ਕਈ ਵਾਰ ਅਸੀਂ ਸੇਮ ਡੇ ਆਫ ਸਰਜਰੀ ਵੀ ਪੇਸ਼ੈਂਟ ਨੂੰ ਟੈਸਟ ਬੁਲਾ ਕੇ ਕਰ ਸਕਦੇ ਹਾਂ। ਅਤੇ ਜਿਹੜੇ ਉਹਨਾਂ ਦਾ ਮੈਡੀਕਲ ਹੈ, ਕੋਈ ਜੇ ਕੈਨੇਡਾ ਤੋਂ ਖਾਸ ਤੌਰ 'ਤੇ ਜਾ ਰਹੇਗਾ, ਆਪਾਂ ਕੈਨੇਡਾ 'ਚ ਗੱਲ ਕਰ ਰਹੇ ਹਾਂ, ਇੱਥੋਂ ਆਪਦੇ ਮੈਡੀਕਲ ਆਪਣੇ ਡਾਕਟਰ ਦੀ ਕੋਈ ਫਾਈਲ ਲੈ ਕੇ ਤੁਹਾਨੂੰ ਦਿਖਾਉਂਦਾ ਹੈ ਜਾਂ ਫਿਰ ਤੁਸੀਂ ਆਪਦੇ ਟੈਸਟ ਕਰਦੇ ਹੋ ਦੇਖਣ ਵਾਸਤੇ ਵੀ ਹੈਲਦੀ ਹੈ ਕਿ ਨਹੀਂ? ਜੇ ਤਾਂ ਕਿਸੇ ਕੋਲ ਹੈਗੀ ਫਾਈਲ ਤਾਂ ਅਸੀਂ ਉਹ ਦੇਖ ਲੈਂਦੇ ਹਾਂ, ਪਰ ਅਸੀਂ ਦੁਬਾਰਾ ਫਿਰ ਸਾਰੇ ਟੈਸਟ ਅਸੀਂ ਆਪ ਰਿਪੀਟ ਕਰਦੇ ਹਾਂ, ਕਿਉਂਕਿ ਸਾਡੀ ਰਿਸਪੋਂਸੀਬਿਲਟੀ ਹੈ ਵੀ ਕੋਈ ਚੀਜ਼ ਮਿਸ ਨਾ ਹੋ ਜਾਵੇ। ਜੇ ਕਿਸੇ ਕੋਲ ਫਾਈਲ ਨਹੀਂ ਹੈ ਤਾਂ ਅਸੀਂ ਸਾਰੇ ਟੈਸਟ ਉਹਦੇ ਸਾਰੇ ਆਪ ਕਰਦੇ ਹਾਂ। ਅਤੇ ਜਿਹੜੇ ਪੇਸ਼ੈਂਟ ਜਾਂਦੇ ਨੇ ਨਾਲ ਕੋਈ ਬੰਦਾ ਜਾਣਾ ਚਾਹੀਦਾ ਜਾਂ ਫਿਰ ਤੁਸੀਂ ਆਪ ਵੀ ਹੈਂਡਲ ਕਰ ਸਕਦੇ ਹੋ ਵੀ ਕਿਸੇ ਨਾਲ ਜਾਣ ਦੀ ਜ਼ਰੂਰਤ ਨਹੀਂ? ਸਾਡੇ ਹੋਸਪਿਟਲ ਸਾਰੀਆਂ ਫੈਸਿਲਿਟੀਜ਼ ਹੈਗੀਆਂ, ਜਿਹੜੇ ਕੋਈ ਇਕੱਲੇ ਵੀ ਟਰੈਵਲ ਕਰਦੇ ਆ ਅਤੇ ਅਡਲਟ ਹੈਗੇ ਆ ਅਤੇ ਉਹਨਾਂ ਦੇ ਕੰਸੈਂਟ ਦੇ ਨਾਲ ਅਸੀਂ ਸਰਜਰੀ ਕਰ ਸਕਦੇ ਹਾਂ। ਅਤੇ ਪੇਸ਼ੈਂਟ ਨੂੰ ਅਸੀਂ ਪਿਕਅਪ ਐਂਡ ਡਰੋਪ ਵੀ ਜਿਹੜਾ ਜਲੰਧਰ ਦੇ ਨੀਅਰ ਏਅਰਪੋਰਟ ਹੈ ਅੰਮ੍ਰਿਤਸਰ ਤੋਂ, ਉਹ ਵੀ ਅਸੀਂ ਅਰੇਂਜ ਕਰਦੇ ਨੇ ਉਹਨਾਂ ਦਾ, ਅਤੇ ਉਹ ਹੋਸਪਿਟਲ ਡਿਸਚਾਰਜ ਤੋਂ ਬਾਅਦ ਜੇ ਹਫ਼ਤਾ ਉਹਨਾਂ ਨੇ ਇੰਡੀਆ 'ਚ ਰਹਿਣਾ ਤਾਂ ਅਸੀਂ ਨੀਅਰ ਬਾਏ ਹੋਟਲ ਉਹਦੇ ਬਜਟ ਦੇ ਹਿਸਾਬ ਨਾਲ ਹੋਟਲ ਦਾ ਕਮਰਾ ਵੀ ਬੁੱਕ ਕਰ ਦਿੱਤਾ ਜਾਂਦਾ। ਅਤੇ ਜੇ ਕੋਈ ਅਟੈਂਡੈਂਟ ਕੰਪਨੀ ਕਰਨਾ ਚਾਹੇ ਤਾਂ ਇੱਕ ਅਟੈਂਡੈਂਟ ਰੂਮ ਵੀ ਅਸੀਂ ਦੇ ਦਿੰਦੇ ਹਾਂ ਜਿੱਥੇ ਸਾਰੀਆਂ ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ ਰੂਮ ਦੇ ਵਿੱਚ, ਪੇਸ਼ੈਂਟ ਅਤੇ ਅਟੈਂਡੈਂਟ ਉਸ ਕਮਰੇ ਵਿੱਚ ਵੀ ਰਹਿ ਸਕਦੇ। ਤੁਸੀਂ ਬਹੁਤ ਸਾਰੇ ਤੁਸੀਂ ਦੱਸ ਦਿਓ ਇੱਕ ਦਿਨ ਦੇ 3-4 ਤੁਸੀਂ ਕਰਦੇ ਹੋ, ਅਤੇ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਕਿੰਨਾ ਕੁ ਸਮਾਂ ਲੱਗ ਸਕਦਾ ਫਲਾਈਟ ਲੈਣ ਵਾਸਤੇ? ਕਿਉਂਕਿ ਫਲਾਈਟ ਲੈਣ ਵਾਸਤੇ ਬੰਦਾ ਥੋੜ੍ਹਾ ਜ਼ਿਆਦਾ ਹੈਲਦੀ ਹੋਣਾ ਚਾਹੀਦਾ, ਕਿਉਂਕਿ ਪ੍ਰੈਸ਼ਰਾਈਜ਼ ਪ੍ਰੈਸ਼ਰ ਹੁੰਦਾ ਕਿਆ ਬੰਦੇ ਵਿੱਚ, ਅਤੇ ਕਦੋਂ ਕਿੰਨੇ ਚਿਰ ਰੈਕਮੈਂਡ ਕਰਦੇ ਹੋ ਕਿੰਨੇ ਦਿਨ ਬਾਅਦ ਵਿੱਚ ਜਿਹੜੇ ਬੰਦੇ ਟੇਕ ਆਫ ਕਰ ਸਕਦੇ ਨੇ ਕੈਨੇਡਾ ਆਉਣ ਵਾਸਤੇ? ਅਸੀਂ ਰੈਕਮੈਂਡ ਕਰਦੇ ਹਾਂ ਵੀ ਤੁਸੀਂ ਓਪਰੇਸ਼ਨ ਤੋਂ 8-10 ਦਿਨਾਂ ਬਾਅਦ ਵਾਪਸ ਫਲਾਈ ਕਰਕੇ ਆਪਣੀ ਕੰਟਰੀ ਜਾ ਸਕਦੇ ਹੋ, ਈਵਨ ਆਪਣੇ ਕੰਮ ਕਾਜ ਵੀ ਸਾਰੇ ਕਰ ਸਕਦੇ ਹੋ। ਆਉਣ ਤੋਂ ਪਹਿਲਾਂ ਚੈੱਕ ਕਰਦੇ ਹੋ ਵੀ ਹੁਣ ਵੀ ਇਹ ਫਿੱਟ ਹੈ ਫਲਾਈਟ? ਬਿਲਕੁਲ, ਅਸੀਂ ਪੇਸ਼ੈਂਟ ਜੋ ਹੋਸਪਿਟਲ ਤੋਂ ਛੁੱਟੀ ਦੇਣੇ 2 ਦਿਨ ਬਾਅਦ ਦੁਬਾਰਾ 1 ਵੀਕ ਬਾਅਦ ਕਾਲ ਕਰਕੇ ਉਹਦੇ ਸਾਰੇ ਡਰੈਸਿੰਗ ਰਿਮੂਵ ਕਰਕੇ ਉਹਦੀ ਡਾਇਟ ਕਾਉਂਸਲਿੰਗ, ਉਹਨੇ ਜਿਹੜੇ
ਜੇ ਤੁਹਾਨੂੰ ਕੋਈ ਮੁਸ਼ਕਲ ਵੀ ਆਉਂਦੀ ਹੈ ਵਾਪਸ ਜਾ ਕੇ ਤਾਂ 24/7 ਅਸੀਂ ਐਮਰਜੈਂਸੀ ਲਾਈਨ ਸਾਡੀ ਓਪਨ ਹੁੰਦੀ ਹੈ ਪੇਸ਼ੈਂਟ ਦੀ ਕਾਉਂਸਲਿੰਗ ਵਾਸਤੇ ਅਤੇ ਕੋਈ ਤੁਹਾਨੂੰ ਦੁਬਾਰਾ ਪਰਤ ਕੇ ਇੰਡੀਆ ਨਹੀਂ ਆਉਣਾ ਪੈਂਦਾ ਜਿਹੜੀ ਤੁਹਾਨੂੰ ਪ੍ਰੋਬਲਮ ਹੋਏ ਅਸੀਂ ਟੈਲੀਫੋਨਿਕਲੀ ਤੁਹਾਡੀ ਹੈਲਪ ਕਰ ਦਿੰਦੇ ਹਾਂ ਤੁਸੀਂ ਸਿਰਫ ਦਵਾਈਆਂ ਦਾ ਕੋਈ ਚੇਂਜ ਕਰਨਾ ਹੁੰਦਾ ਉਹ ਤੁਹਾਨੂੰ ਅਸੀਂ ਫੋਨ 'ਤੇ ਸਮਝਾ ਦਿੰਦੇ ਹਾਂ ਅਤੇ ਉਹਦਾ ਪੂਰਾ ਰੈਕਡ ਤਾਂ ਦਿੰਦੇ ਹੋਵੋਗੇ ਵੀ ਤੁਸੀਂ ਆਪਣੇ ਡਾਕਟਰ ਨੂੰ ਜਾ ਕੇ ਦੇ ਸਕਦੇ ਹੋ ਵੀ ਇਹ ਕੁਝ ਮੇਰੇ ਅੰਦਰ ਚੇਂਜ ਹੋਇਆ ਪੂਰਾ ਤੁਹਾਡੀ ਫਾਈਲ ਬਣਦੀ ਆ ਤੁਹਾਡੀ ਸੀ ਡੀ ਵੀ ਬਣਦੀ ਹੈ ਓਪਰੇਸ਼ਨ ਦੀ ਜਿਹੜੀ ਅਸੀਂ ਤੁਹਾਨੂੰ ਡਾਕਟਰ ਨੂੰ ਮੇਲ ਵੀ ਕਰ ਸਕਦੇ ਹਾਂ ਅਤੇ ਤੁਹਾਨੂੰ ਪੂਰਾ ਰਿਕਾਰਡ ਫੋਰ ਐਵਰ ਅਸੀਂ ਆਪਣੇ ਹੋਸਪਿਟਲ 'ਚ ਵੀ ਮੇਨਟੇਨ ਕਰਦੇ ਹਾਂ ਅਤੇ ਪੇਸ਼ੈਂਟ ਨੂੰ ਵੀ ਦਿੰਦੇ ਇੱਕ ਫਾਈਲ ਅਤੇ ਪੇਸ਼ੈਂਟ ਦੇਖ ਰਹੇ ਨੇ ਬੰਦਾ ਡਰੀ ਜਾਂਦਾ ਹੈ ਜਿਵੇਂ ਬੇਹੋਸ਼ ਕਰਕੇ ਆਏ ਕਿਤੇ ਮੇਰੇ ਤੁਹਾਨੂੰ ਹੈਰਾਨੀ ਹੋਗੀ ਸਾਰੇ ਸਾਡੇ ਕੋਲ ਸੈਪਰੇਟ ਰੂਮ ਹੈ ਜਿੱਥੇ ਅਸੀਂ ਪੇਸ਼ੈਂਟ ਜਿਹੜਾ ਜੋ ਸਰਜਰੀ ਕਰਦੇ ਹਾਂ ਉਹ ਸਾਈਡ ਰੂਮ 'ਚ ਬਿਠਾ ਕੇ ਅਸੀਂ ਅਟੈਂਡੈਂਟ ਨੂੰ ਵੀ ਓਪਰੇਸ਼ਨ ਦਿਖਾ ਵੀ ਦਿੰਦੇ ਹਾਂ ਅਤੇ ਲੋਕਾਂ ਦੀ ਡਿਮਾਂਡ ਹੈ ਵੀ ਸਾਨੂੰ ਓਪਰੇਸ਼ਨ ਦਿਖਾਓ ਕਿਉਂਕਿ ਓਪਰੇਸ਼ਨ 'ਚ ਕੋਈ ਡਰਨ ਵਾਲੀ ਗੱਲ ਨਹੀਂ ਜਿਵੇਂ ਦੱਸਿਆ 20-25 ਮਿੰਟਾਂ 'ਚ ਓਪਰੇਸ਼ਨ ਹੋ ਜਾਂਦਾ ਅਤੇ ਬਹੁਤ ਸਾਰੇ ਅਟੈਂਡੈਂਟ ਚਾਹੁੰਦੇ ਵੀ ਸਾਨੂੰ ਸਾਡੇ ਪੇਸ਼ੈਂਟ ਦਾ ਓਪਰੇਸ਼ਨ ਦਿਖਾਇਆ ਜਾਏ ਜੀ ਔਰ ਕਿੰਨੀ ਕੁ ਉਮਰ ਦੇ ਜਿਹੜੇ ਲੋਕ ਨੇ ਮੈਜੋਰਟੀ ਹੁੰਦੇ ਜਾਂ ਕਿੰਨਾ ਕੁ ਛੋਟੇ ਤੋਂ ਛੋਟਾ ਬੱਚਾ ਕਿੱਡਾ ਕੁ ਜਿਹੜਾ ਕਰਾ ਸਕਦਾ ਹੈ ਇਸ ਅਸੀਂ ਆਪਣੇ ਹੋਸਪਿਟਲ ਜਲੰਧਰ ਵਿੱਚ ਘੱਟੋ ਘੱਟ 11 ਸਾਲ ਦੇ ਬੱਚੇ ਤੋਂ ਲੈ ਕੇ ਅਤੇ 84 ਸਾਲ ਤੱਕ ਅਸੀਂ ਓਪਰੇਸ਼ਨ ਕਰਦੇ ਹਾਂ ਅਕਸਰ ਅਸੀਂ ਰਿਕਮੈਂਡ ਕਰਦੇ ਹਾਂ ਵੀ 12-13 ਸਾਲ ਦੀ ਉਮਰ ਤੋਂ ਲੈ ਕੇ 70-80-75 ਸਾਲ ਤੱਕ ਤੁਸੀਂ ਕੋਈ ਵੀ ਜਿਹੜਾ ਮੋਟਾਪੇ ਤੋਂ ਤੰਗ ਆ ਕੁਆਲਿਟੀ ਆਫ ਲਾਈਫ ਖਰਾਬ ਹੈ ਤੁਸੀਂ ਹੈਲਪ ਲਾ ਕੇ ਆਪਣੀ ਸਰਜਰੀ ਕਰਾ ਸਕਦੇ ਹੋ ਜੀ ਦੱਸ ਦੀ ਅਸੀਂ ਗੱਲਬਾਤ ਕਰ ਰਹੇ ਹਾਂ GS ਜੰਮੂ ਦੇ ਨਾਲ ਜਿਹੜੇ ਚੀਫ ਸਰਜਨ ਨੇ ਜਿਨ੍ਹਾਂ ਦੇ ਭਾਰ ਵਧਿਆ ਹੋਇਆ ਇਕੱਲਾ ਪੇਟ ਨਹੀਂ ਪੂਰੀ ਬੋਡੀ ਦਾ ਭਾਰ ਜ਼ਿਆਦਾ ਹੈ ਤਾਂ ਫਿਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਕਹਿੰਦੇ ਜਿਹੜਾ ਭਾਰ ਹੈ ਗੋਡਿਆਂ ਨੂੰ ਗਿੱਟਿਆਂ ਨੂੰ ਜ਼ਰੂਰ ਖਰਾਬ ਕਰਦਾ ਕਿਉਂਕਿ ਇੰਨਾ ਭਾਰ ਲੈ ਕੇ ਗਿੱਟਿਆਂ ਨੇ ਤੁਰਨਾ ਔਰ ਪੈਰਾਂ ਦੀਆਂ ਤਲੀਆਂ ਤੱਕ ਕਈ ਵਾਰੀ ਬੰਦਿਆਂ ਦੇ ਦੁਖਣ ਲੱਗ ਜਾਂਦੀਆਂ ਨੇ ਇਹਦੇ ਬਾਰੇ ਗੱਲਬਾਤ ਆਪਾਂ ਕਰਦੇ ਰਹਿਣਾ ਛੋਟੀ ਜਿਹੀ ਬ੍ਰੇਕ ਲੈ ਲਈਏ ਉਸ ਤੋਂ ਬਾਅਦ ਤੁਹਾਡੀ ਸੇਵਾ 'ਚ ਆਪਾਂ ਹਾਜ਼ਰ ਹਾਂ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਗੱਲਬਾਤ ਅਸੀਂ ਕਰ ਰਹੇ ਹਾਂ ਡਾਕਟਰ GS ਜੰਮੂ ਜੀ ਦੇ ਨਾਲ ਡਾਕਟਰ ਸਾਹਿਬ ਇੱਥੇ ਸੇਫਟੀ ਹੈ ਜਿਹੜੀ ਉਹ ਬੜਾ ਕੰਸਰਨ ਹੈ ਹਰੇਕ ਬੰਦੇ ਦੇ ਵਾਸਤੇ ਬਿਲਕੁਲ ਅਤੇ ਜਿਹੜਾ ਤੁਹਾਡਾ ਹਸਪਤਾਲ ਹੈ ਜੰਮੂ ਹੋਸਪਿਟਲ ਜਲੰਧਰ ਦੇ ਵਿੱਚ ਉਹਦੇ ਤੁਸੀਂ ਮੈਜਰ ਕਿਹੋ ਜਿਹੇ ਰੱਖੇ ਨੇ ਕਿਵੇਂ ਕਿਹੋ ਜਿਹੀ ਸੇਫਟੀ ਹੈ ਸੰਗਤ ਸਾਹਿਬ ਲੋਕਾਂ ਦੀ ਸੇਫਟੀ ਵਾਸਤੇ ਸਾਡੇ ਆਪਣੀ ਸੇਫਟੀ ਵਾਸਤੇ ਸਾਡੇ ਸਟਾਫ ਦੀ ਸੇਫਟੀ ਵਾਸਤੇ ਤੁਹਾਨੂੰ ਸੁਣ ਕੇ ਖੁਸ਼ੀ ਹੋਏਗੀ ਹੋਸਪਿਟਲ ਨੂੰ ਇੰਡੀਆ ਦੀ ਜਿਹੜੀ ਸਭ ਤੋਂ ਵੱਡੀ ਮਾਨਤਾ ਪ੍ਰਾਪਤ ਏਜੰਸੀ ਜਿਹੜੀ ਹੋਸਪਿਟਲ ਇੰਡਸਟਰੀ ਨੂੰ ਦਿੰਦੀ ਹੈ NABH ਸਰਟੀਫਿਕੇਟ ਹੈ ਉਹ ਸਾਨੂੰ ਉਪਲਬਧ ਹੈਗੀ ਹੈ ਉਹ ਸਰਟੀਫਿਕੇਟ ਲੈਣਾ ਕੋਈ ਸੌਖਾ ਕੰਮ ਨਹੀਂ 3-4 ਸਾਲ ਦੀ ਘੱਲੂ ਘਾਲਣਾ ਦੀ ਮਿਹਨਤ ਤੋਂ ਬਾਅਦ ਉਹ ਸਰਟੀਫਿਕੇਟ ਮਿਲਦਾ ਜਿਹਦੇ ਵਿੱਚ ਸਾਡੇ ਹੋਸਪਿਟਲ ਦਾ ਇਨਫਰਾਸਟ੍ਰਕਚਰ ਸਾਡੇ ਓਪਰੇਟਿੰਗ ਰੂਮਸ ਸਾਡੇ ਸਟਾਫ ਦੀਆਂ ਟ੍ਰੇਨਿੰਗ ਕੁਆਲੀਫਿਕੇਸ਼ਨ ਐਟ ਪਾਰ ਰੱਖਣੀਆਂ ਪੈਂਦੀਆਂ ਸਾਨੂੰ ਇੰਟਰਨੈਸ਼ਨਲ ਲੈਵਲ 'ਤੇ ਤਾਂ ਕਿ ਜਿਹੜੇ ਇੰਟਰਨੈਸ਼ਨਲ ਪੇਸ਼ੈਂਟ ਆਉਣ ਉਹਨਾਂ ਦੀਆਂ ਰੇਖ ਦੇਖ ਬਿਲਕੁਲ ਉਹਨਾਂ ਦੇ ਹਿਸਾਬ ਨਾਲ ਕੀਤੀ ਜਾਵੇ ਸੋ ਇੱਕ NABH ਸਰਟੀਫਿਕੇਸ਼ਨ ਆ ਉਸ ਤੋਂ ਇਲਾਵਾ ਸਾਨੂੰ ਸੈਂਟਰ ਆਫ ਐਕਸਲੈਂਸ ਵੀ ਮਿਲਿਆ ਇੱਕ ਏਸ਼ੀਅਨ ਬੋਡੀ ਤੋਂ ਸਾਡੀ ਵੇਟ ਲੋਸ ਸਰਜਰੀ ਦੇ ਵਿੱਚ ਇਹਨਾਂ ਦੇ ਅਧੀਨ ਜਿਹੜੀਆਂ ਅਸੀਂ ਸਰਵਿਸ ਦਿੰਦੇ ਹਾਂ ਉਹ ਬੈਸਟ ਐਟ ਪਾਰ ਜਿਹੜੇ ਕਿ ਵੈਸਟਰਨ ਵਰਲਡ ਜਾਂ ਅਮੈਰੀਕਨ ਸਟੈਂਡਰਡ ਦੇ ਹਿਸਾਬ ਨਾਲ ਅਸੀਂ ਸਰਵਿਸਿਜ਼ ਦਿੰਦੇ ਹਾਂ ਅਤੇ ਜਿਹੜੇ ਸਾਡੇ ਸਟਾਫ ਹੀ ਹੈਗੇ ਆ ਇੱਕ ਸਟਾਫ ਸਾਡਾ ਹਿੰਦੀ ਇੰਗਲਿਸ਼ ਪੰਜਾਬੀ ਸਪੀਕਿੰਗ ਹੈ ਵੀ ਪੇਸ਼ੈਂਟ ਕਿਸੇ ਵੀ ਲੈਂਗੁਏਜ 'ਚ ਆਵੇ ਉਹਦੀ ਲੈਂਗੁਏਜ 'ਚ ਉਹਦੇ ਨਾਲ ਗੱਲਬਾਤ ਕੀਤੀ ਜਾਵੇ ਜਿਹੜੇ ਸਾਡੇ ਸਟੇ ਕਰਨ ਦੇ ਕਮਰੇ ਵੀ ਆ ਪ੍ਰਾਈਵੇਟ ਰੂਮਸ ਵੀ ਦਿੰਦੇ ਹਾਂ ਉਹ 'ਚ ਹਰ ਕਿਸਮ ਦੀ ਫੈਸਿਲਿਟੀ ਜਿਵੇਂ ਕਿ ਵਾਈਫਾਈ ਸੈਂਟਰਲੀ ਹੀਟਿਡ ਏਅਰ ਕੰਡੀਸ਼ਨਡ ਵਿਦ ਅਟੈਚਡ ਵਾਸ਼ਰੂਮਸ ਅਤੇ ਸਾਫ਼ ਸਫਾਈ ਹਾਈਜੀਨ ਸੈਨੀਟੇਸ਼ਨ 'ਤੇ ਬਿਲਕੁਲ ਖਾਸ ਅਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੁਣ ਵੀ ਤਿਆਰੀ ਤੁਹਾਡੀ ਪੂਰੀ ਹੈ ਕਿ ਬਹੁਤ ਸਾਰੇ ਲੋਕ ਸਰਦੀਆਂ ਦੇ ਵਿੱਚ ਜਾਂਦੇ ਨੇ ਹਾਂਜੀ ਰੈਗੂਲਰ ਪੇਸ਼ੈਂਟਸ ਆਉਂਦੇ ਆ ਥੋੜ੍ਹਾ ਵਿੰਟਰ ਸੀਜ਼ਨ ਜਿਹੜਾ ਸਾਡਾ ਹੁੰਦਾ ਉਹਦੇ 'ਚ ਜ਼ਿਆਦਾ ਪੇਸ਼ੈਂਟਸ ਆਉਂਦੇ ਆ ਅਤੇ ਇਹ ਜਿਹੜਾ ਤੁਹਾਡਾ ਸਟਾਫ ਹੈ ਉਹਨਾਂ ਨੂੰ ਵੀ ਟ੍ਰੇਨਿੰਗ ਟਾਈਮ ਟੂ ਟਾਈਮ ਦਿੰਦੇ ਰਹਿਣਾ ਪੈਂਦਾ ਹੋਣਾ ਕਿਉਂਕਿ ਚੀਜ਼ਾਂ ਨੇ ਲੋਕਾਂ ਦੇ ਸੁਭਾਅ ਬਦਲਦੇ ਨੇ ਬਿਲਕੁਲ ਜਿਹੜੇ ਸਟਾਫ ਦੀਆਂ ਟ੍ਰੇਨਿੰਗਸ ਲਈ ਸਾਡੇ ਸੈਪਰੇਟ ਟੀਮਸ ਆਉਂਦੀਆਂ ਅਤੇ ਦੂਸਰੇ ਸ਼ਹਿਰਾਂ ਤੋਂ ਵੀ ਆ ਕੇ ਸਾਨੂੰ ਟ੍ਰੇਨਿੰਗ ਮਿਲਦੀ ਹੈ ਅਤੇ ਸਾਡੇ ਸਰਪ੍ਰਾਈਜ਼ ਚੈੱਕਸ ਵੀ ਹੁੰਦੇ ਨੇ ਵੀ ਹੋਸਪਿਟਲ ਪੂਰੇ ਸਟੈਂਡਰਡਸ ਮੇਨਟੇਨ ਕਰ ਵੀ ਰਿਹਾ ਕਿ ਸਰਟੀਫਿਕੇਟ ਲੈਣ ਤੋਂ ਬਾਅਦ ਚੁੱਪ ਕਰਕੇ ਬੈਠ ਗਿਆ ਸੋ ਉਹਦੇ ਅੰਦਰ ਅਸੀਂ ਕੋਈ ਵੀ ਸਟੈਂਡਰਡ ਜਿਹੜੀਆਂ ਓਪਰੇਟਿੰਗ ਪ੍ਰੋਸੀਜਰਸ ਹੁੰਦੇ SOPs ਜਿਹੜੀਆਂ ਸਾਡੀਆਂ ਬਣੀਆਂ ਹੋਈਆਂ ਜਿਵੇਂ ਕਿਸੇ ਵੇਟ ਲੋਸ ਵਾਲੇ ਪੇਸ਼ੈਂਟ ਨੇ ਆਉਣਾ ਉਹਦਾ ਪੂਰਾ ਮੈਡੀਕਲ ਚੈੱਕਅਪ ਕੀਤਾ ਜਾਣਾ ਫਿਰ ਓਪਰੇਸ਼ਨ ਦੇ ਦੌਰਾਨ ਅਤੇ ਓਪਰੇਸ਼ਨ ਤੋਂ ਬਾਅਦ ਉਹਦੀ ਕੇਅਰ 'ਚ ਕਿਸੇ ਤਰ੍ਹਾਂ ਦੀ ਕਸਰ ਨਾ ਰਹੇ ਉਹਦੇ ਸਟੈਂਡਰਡ ਓਪਰੇਟਿਵ ਪ੍ਰੋਸੀਜਰਸ ਬਣੇ ਆ ਬਈ ਇਹਨੂੰ ਹਰ ਤਰ੍ਹਾਂ ਦੀ ਐਕਸਟਰਾ ਪ੍ਰੀਕੋਸ਼ਨ ਦਿੱਤੀ ਜਾਵੇ ਤਾਂ ਪੇਸ਼ੈਂਟ ਉਹਨੇ ਟਾਈਮ ਪੀਰੀਅਡ 'ਚ ਠੀਕ ਠਾਕ ਹੋ ਕੇ ਘਰ ਵਾਪਸ ਜਾਣਾ ਚਾਹੀਦਾ ਤੁਸੀਂ ਅਮੈਰੀਕਾ ਗਏ ਹੋ ਹੁਣ ਕੈਨੇਡਾ ਦੇ ਟੂਰ 'ਤੇ ਹੋ ਜਿਨ੍ਹਾਂ ਦੇ ਓਪਰੇਸ਼ਨ ਕੀਤੇ ਨੇ ਉਹ ਮਿਲਦੇ ਹੋਣਗੇ ਕਦੇ ਪੇਸ਼ੈਂਟ ਤੁਹਾਡੇ ਬਹੁਤ ਸਾਰੇ ਪੇਸ਼ੈਂਟ ਸਾਨੂੰ ਮਿਲਦੇ ਆ
ਤੇ ਜਿਵੇਂ ਸਾਡੇ ਸੈਮੀਨਾਰਸ ਵੀ ਹੁੰਦੇ ਰਹਿੰਦੇ ਆ ਉੱਥੇ ਆ ਕੇ ਨਵੇਂ ਪੇਸ਼ੈਂਟਸ ਨੂੰ ਕਾਫੀ ਮੋਟੀਵੇਟ ਉਹ ਕਰਦੇ ਆ ਉਹ ਦੱਸਦੇ ਨੇ ਹੈਪੀ ਨੇ ਬਹੁਤ ਜ਼ਿਆਦਾ ਖੁਸ਼ ਪੇਸ਼ੈਂਟ ਹੈ ਅੱਛਾ ਉਹਦਾ ਸਦਕਾ ਹੀ ਅਸੀਂ ਹਰ ਸਾਲ ਇੱਥੇ ਆ ਜਾਂਦੇ ਜੀ ਬਿਲਕੁਲ ਜੀ ਔਰ ਜਿਹੜੇ ਇਹ ਵੇਟ ਲੋਸ ਹੈ ਜੇ ਹੁਣ ਫਸਲ ਮੈਂ ਵੇਟ ਲੋਸ ਕਰਨਾ ਮੇਰਾ 200 ਪਾਉਂਡ ਭਾਰ ਹੈ ਮੈਂ ਕਹਿੰਦਾ ਮੈਂ 150 ਤੇ ਕਰਨਾ ਹੈ ਅਤੇ ਤੁਸੀਂ ਇਸ ਹਿਸਾਬ ਨਾਲ ਕਰਦੇ 150 ਜਾ ਕੇ ਟਿਕ ਜਾਊਗਾ ਭਾਰ ਕਿ ਉਹ ਤੋਂ ਅੱਗੇ ਘੱਟਦਾ ਜਾਊਗਾ ਫਿਰ ਬਿਲਕੁਲ ਸੰਗਤ ਸਾਹਿਬ ਜਿਹੜੇ ਓਪਰੇਸ਼ਨ ਅਸੀਂ ਪਲੈਨ ਕੀਤਾ ਜਾਂਦਾ ਉਹ ਤੁਹਾਡੇ ਬੋਡੀ ਹਾਈਟ ਅਤੇ ਵੇਟ ਨਾਲ ਪਲੈਨ ਕੀਤਾ ਜਾਂਦਾ ਜਿਹਨੂੰ ਅਸੀਂ ਬੋਡੀ ਮਾਸ ਇੰਡੈਕਸ ਕਰਦੇ ਹਾਂ ਉਹ ਇੱਕ ਕ੍ਰਾਈਟੀਰੀਆ ਤੁਹਾਡਾ ਓਬੈਸਟੀ ਮਈਅਰ ਕਰਨ ਦਾ ਵੇਟ ਮਈਅਰ ਕਰਦੇ ਤੁਸੀਂ ਉਹ ਕਿੰਨੇ ਓਵਰ ਵੇਟ ਹੋ ਸੋ ਮਿਨੀਮਮ ਕ੍ਰਾਈਟੀਰੀਆ ਜਿਹੜਾ ਕਿਸੇ ਆਪਣੇ ਇੰਡੀਅਨ ਏਸ਼ੀਅਨ ਨੇ ਇੰਡੀਅਨ ਨੇ ਸਰਜਰੀ ਕਰਾਉਣੀ ਹੋਵੇ ਤਾਂ ਘੱਟੋ ਘੱਟ ਉਹਦਾ ਜਿਹੜਾ ਬੋਡੀ ਮਾਸ ਇੰਡੈਕਸ ਜਿਹੜਾ ਹੈਗਾ BMI ਹਾਈਟ ਵੇਟ ਦੀ ਰੇਸ਼ੋ 29-30 ਤੱਕ ਹੋਣੀ ਚਾਹੀਦੀ ਹੈ ਉਸ ਤੋਂ ਉੱਪਰ ਜਿੰਨੀ ਮਰਜ਼ੀ ਹੋਵੇ ਉਹ ਤੋਂ ਘੱਟ ਅਸੀਂ ਓਪਰੇਸ਼ਨ ਨਹੀਂ ਕੀਤੇ ਜਾਂਦੇ ਸੋ ਕਹਿਣ ਦਾ ਭਾਵ ਵੀ ਤੁਸੀਂ ਘੱਟੋ ਘੱਟ ਆਪਣੇ ਨੋਰਮਲ ਭਾਰ ਨੂੰ ਲਓ ਜੇ 17-18 ਕਿਲੋ ਜਾਂ 20 ਕਿਲੋ ਓਵਰ ਵੇਟ ਹੋ ਤਾਂ ਹੀ ਤੁਹਾਨੂੰ ਸਰਜਰੀ ਦੀ ਹੈਲਪ ਲੈਣੀ ਚਾਹੀਦੀ ਹੈ ਇਸ ਤੋਂ ਉੱਪਰ ਤਾਂ ਜਿੰਨੇ ਮਰਜ਼ੀ ਹੋਣ ਜੇ ਸਿਰਫ 5-7 ਕਿਲੋ 8-10 ਕਿਲੋ ਓਵਰ ਵੇਟ ਹੋ ਫਿਰ ਅਸੀਂ ਡਾਇਟ ਐਕਸਰਸਾਈਜ਼ ਤੁਹਾਨੂੰ ਕਹਿੰਦੇ ਹਾਂ ਵੀ ਉਹ ਟਰਾਈ ਕਰੋ ਤੁਹਾਨੂੰ ਸਰਜਰੀ ਦੀ ਲੋੜ ਨਹੀਂ ਹੈ ਤੁਸੀਂ ਕਹਿ ਦਿੰਦੇ ਹੋ ਵੀ ਇਹ ਤੁਹਾਨੂੰ ਨਹੀਂ ਚਾਹੀਦੀ ਨਹੀਂ ਚਾਹੀਦੀ ਬਿਲਕੁਲ ਔਰ ਜੀ ਕਿੰਨੇ ਕੁ ਚਿਰ ਦਾ ਪ੍ਰੋਸੈਸ ਹੈ ਜੇ ਤੁਹਾਨੂੰ ਕੋਈ ਬੰਦਾ ਕਾਲ ਕਰੇ ਅਤੇ ਕਿੰਨੇ ਕੁ ਚਿਰ ਦੇ ਵਿੱਚ ਤੁਸੀਂ ਉਹਨਾਂ ਨੂੰ ਜਵਾਬ ਦੇ ਦਿੰਦੇ ਹੋ ਕੈਨੇਡਾ ਤੋਂ ਕੋਈ ਈਮੇਲ ਕਰਦਾ ਆ ਕੋਈ ਤੁਹਾਨੂੰ ਫੋਨ ਕਰਦਾ ਹੈ ਵਿਦ ਇਨ 24 ਆਵਰਸ ਅਸੀਂ ਸਰਵਿਸ ਦਿੰਦੇ ਹਾਂ ਜਿਹੜੀ ਸਾਨੂੰ ਈਮੇਲ ਕੋਈ ਆਉਂਦੀ ਹੈ ਕੋਈ ਮੈਸੇਜ ਆਉਂਦਾ ਜੇ ਕੋਈ ਬੁਕਿੰਗ ਲੈਣਾ ਚਾਹੁੰਦਾ ਜਾਂ ਇਨਫੋਰਮੇਸ਼ਨ ਲੈਣਾ ਚਾਹੁੰਦਾ ਸਾਡੀ ਪੂਰੀ ਟੀਮ ਹੁੰਦੀ ਹੈ ਇੰਡੀਆ ਜਲੰਧਰ ਦੇ ਵਿੱਚ ਸੋ ਜੇ ਕੋਈ ਹਨੇਰੇ ਸਵੇਰੇ ਉਸ ਵੇਲੇ ਕਾਲ ਨਹੀਂ ਅਟੈਂਡ ਹੋਈ ਤਾਂ ਇਮੀਜੀਏਟਲੀ ਜਿਹੜਾ ਹੈਗਾ ਨੈਕਸਟ ਵਰਕਿੰਗ ਆਵਰ ਵਿੱਚ ਉਹਦੀ ਕਾਲ ਅਸੀਂ ਰਿਵਰਟ ਕਰਦੇ ਹਾਂ ਉਹਨੂੰ ਸਾਰਾ ਸਮਝਾਉਂਦੇ ਹਾਂ ਜੇ ਕਿਸੇ ਨੇ ਅਪੁਆਇੰਟਮੈਂਟ ਲੈਣੀ ਅਸੀਂ ਕਹਿੰਦੇ ਸਾਨੂੰ 4-5 ਦਿਨ ਦਾ ਟਾਈਮ ਦੇ ਦਿਓ ਕਈ ਵਾਰੀ ਬਹੁਤ ਰਸ਼ ਪਿਆ ਹੁੰਦਾ ਹੋਸਪਿਟਲ ਵਿੱਚ ਅਸੀਂ ਨਹੀਂ ਚਾਹੁੰਦੇ ਵੀ ਤੁਹਾਡਾ 1 ਵੀ ਦਿਨ ਅਸੀਂ ਵੇਸਟ ਕਰੀਏ ਔਰ ਜਦੋਂ ਕੋਈ ਬੰਦਾ ਅਪੁਆਇੰਟਮੈਂਟ ਲੈ ਲੈਂਦਾ ਅਤੇ ਪੱਕਾ ਆ ਵੀ ਉਹਦੀ ਜਿਹੜੀ ਅਪੁਆਇੰਟਮੈਂਟ ਹੈ ਉਸ ਦਿਨ 'ਤੇ ਹੋਈ ਜਾਣੀ ਜੇ ਸਾਰਾ ਕੁਝ ਸਹੀ ਚੱਲਦਾ ਮੌਸਮ ਸਾਰਾ 100% ਜੀ ਹੋ ਜਾਏਗੀ ਜਦੋਂ ਪੇਸ਼ੈਂਟ ਨੇ ਅਸੀਂ ਟਾਈਮ ਫਿਕਸ ਕਰਤਾ ਜੇ ਸਵੇਰੇ .8 ਵਜੇ ਕਹਿਤਾ ਤਾਂ ਸਾਡੀ ਟੀਮ 7:30 ਤਿਆਰ ਹੁੰਦੀ ਹੈ ਪੇਸ਼ੈਂਟ ਨੂੰ ਰਿਸੀਵ ਕਰਨ ਉਹਦਾ ਸਾਰਾ ਕੁਝ ਕਰਨ ਵਾਸਤੇ ਔਰ ਜੀ ਤੁਸੀਂ ਖੁਦ ਕਿੰਨੇ ਕੁ ਸੈਟੀਸਫਾਈ ਹੋ ਇਸ ਕੰਮ ਤੋਂ ਫਿਰ ਤੁਸੀਂ ਕਰਦੇ ਹੋ ਮੈਂ ਬਹੁਤ ਜ਼ਿਆਦਾ 100% ਸੈਟੀਸਫਾਈਡ ਹਾਂ ਅਤੇ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਣਾ ਚਾਹੁੰਦਾ ਸੀ ਵੀ ਮੈਂ ਇੰਟਰਨੈਸ਼ਨਲ ਪੱਧਰ 'ਤੇ ਵੀ ਇਹ ਜਿਹੜਾ ਬਰੀਐਟ੍ਰਿਕਸ ਦੇ ਟੀਚਰ ਹਾਂ ਅਸੀਂ ਬਾਹਰਲੇ ਦੇਸ਼ਾਂ 'ਚ ਜਾ ਕੇ ਜਿਹੜੇ ਅਪਕਮਿੰਗ ਡਾਕਟਰ ਜਿਹੜੇ ਵੇਟ ਲੋਸ ਸਰਜਰੀ ਸਿੱਖਣਾ ਚਾਹੁੰਦੇ ਹੋ ਉਹਨਾਂ ਨੂੰ ਅਸੀਂ ਟ੍ਰੇਨਿੰਗ ਵੀ ਦਿੰਦੇ ਹਾਂ ਵਿੱਚ ਅਸੀਂ UK ਵਿੱਚ ਬ੍ਰਾਜ਼ੀਲ ਮੋਂਟਰੀਅਲ ਅਰਜਨਟੀਨਾ ਜਾ ਕੇ ਦੇਸ਼ਾਂ 'ਚ ਅਸੀਂ ਹਰ ਸਾਲ ਟ੍ਰੇਨ ਵੀ ਕਰਦੇ ਹਾਂ ਇਟਲੀ ਵਿੱਚ ਵੀ ਜਾ ਕੇ ਸੋ ਬਹੁਤ ਸਾਰੇ ਲੋਕ ਸਾਡੇ ਸੈਂਟਰ 'ਚ ਆ ਕੇ ਸਿਰਫ ਇੰਡੀਆ ਤੋਂ ਨਹੀਂ ਬਾਹਰਲੇ ਦੇਸ਼ਾਂ 'ਚੋਂ ਆ ਕੇ ਵੀ ਮੇਰੇ ਕੋਲ ਸੈਂਟਰ 'ਚ ਆ ਕੇ ਸਰਜਰੀ ਸਿੱਖਦੇ ਆ ਸਾਡੀ ਟੈਕਨੀਕ ਸਮਝਦੇ ਆ ਕਿਉਂਕਿ ਸਾਡਾ ਜਿਹੜਾ ਵੋਲੀਊਮ ਆਫ ਵਰਕ ਹੈ ਕਾਫੀ ਜ਼ਿਆਦਾ ਅਤੇ ਸਾਡੇ ਜਿਹੜੀ ਆ ਓਪਰੇਟਿੰਗ ਰੂਮਸ ਦੀ ਆ ਜਿਹੜੀ ਕੰਡੀਸ਼ਨਸ ਹੈਗੀਆਂ ਉਹ ਐਜ਼ ਕੰਪੈਰੇਬਲ ਜਿਵੇਂ ਆਪਣੇ ਅਮੈਰੀਕਾ ਕੈਨੇਡਾ ਵਿੱਚ ਹੈ ਔਰ ਜੀ ਜਿਹੜੇ ਕਰਾਉਣਾ ਚਾਹੁੰਦੇ ਨੇ ਕਈ ਲੋਕ ਡਰ ਜਾਂਦੇ ਆ ਵੀ ਮੈਂ ਜਾਊਂਗਾ ਉੱਥੇ ਉਹ ਤਾਂ ਸਰਵਿਸ ਸਾਰੀ ਤੁਸੀਂ ਦਿੰਦੇ ਹੀ ਹੋ ਬਿਲਕੁਲ ਏਅਰਪੋਰਟ ਤੋਂ ਚੱਕ ਸਕਦੇ ਹੋ ਔਰ ਉੱਥੇ ਉਹਨਾਂ ਬਾਅਦ ਹੋਟਲ ਦੇ ਸਕਦੇ ਹੋ ਔਰ ਦਵਾਈਆਂ ਜਿਹੜੇ ਲੋਕ ਇੱਥੋਂ ਖਾਂਦੇ ਨੇ ਉਹ ਉਹਨਾਂ ਦੇ ਵਾਸਤੇ ਦਵਾਈਆਂ ਸਾਰੀਆਂ ਨਾਲ ਲਿਆਉਣੀਆਂ ਜ਼ਰੂਰੀ ਨੇ ਜਾਂ ਉਦੋਂ ਤੁਸੀਂ ਪ੍ਰੋਵਾਈਡ ਕਰਾ ਦਿੰਦੇ ਹੋ ਵੈਸੇ ਪੇਸ਼ੈਂਟਸ ਮੈਂ ਦੇਖਿਆ ਅਕਸਰ ਦਵਾਈਆਂ ਆਪਣੀਆਂ ਸਾਰੀਆਂ ਨਾਲ ਹੀ ਲੈ ਕੇ ਆਏ ਹੁੰਦੇ ਆ ਪਰ ਜੇ ਨਾ ਵੀ ਹੋਵੇ ਦਵਾਈਆਂ ਸਾਰੀਆਂ ਇੰਡੀਆ 'ਚੋਂ ਮਿਲ ਜਾਂਦੀਆਂ ਅਸੀਂ ਕੋਈ ਐਡਵਾਈਸ ਕਰਦੇ ਹਾਂ ਵੀ ਤੁਸੀਂ ਜਿਹੜੀ ਬਲੱਡ ਥਿਨਰ 'ਚ ਕੋਈ ਮੈਡੀਸਨ ਖਾਂਦੇ ਹੋ ਉਹ 4-5 ਦਿਨ ਜ਼ਰੂਰ ਬੰਦ ਕਰਨੀ ਪੈਂਦੀ ਓਪਰੇਸ਼ਨ ਤੋਂ ਪਹਿਲਾਂ ਕਿ ਉਹਦੇ ਵਿੱਚ ਜਿਵੇਂ ਐਸਪ੍ਰਿਨ ਵਰਗੀਆਂ ਦਵਾਈਆਂ ਹੋ ਗਈਆਂ ਇਹਦੇ ਵਿੱਚ ਅਸੀਂ ਓਪਰੇਸ਼ਨ ਨਹੀਂ ਕਰਦੇ ਉਹ 3 ਕੁ ਦਿਨ 72 ਘੰਟੇ ਪਹਿਲੇ ਜ਼ਰੂਰ ਬੰਦ ਕਰ ਕੀਤੀ ਹੋਣੀ ਚਾਹੀਦੀ ਹੈ ਡਾਕਟਰ ਸਾਹਿਬ ਬੜੀ ਚੰਗੀ ਗੱਲ ਹੈ ਡਾਕਟਰ ਸਾਹਿਬ ਤੁਸੀਂ ਇੱਥੇ ਆਏ ਹੋ ਔਰ ਫਿਰ 1-on-1 ਵੀ ਮਿਲ ਸਕਦੇ ਹੋ ਔਰ ਕਿਸੇ ਨੇ ਪਰਿਵਾਰ ਦੇ ਨਾਲ ਆਉਣਾ ਅਤੇ ਸਾਰੇ ਪਰਿਵਾਰ ਦੇ ਮੈਂਬਰ ਵੀ ਜਾਣ ਸਕਦੇ ਨੇ ਕਿ ਕੌਣ ਬਿਲਕੁਲ ਜੀ ਥੈਂਕ ਯੂ ਜੀ ਤੁਸੀਂ ਆਏ ਹੋ ਥੈਂਕਸ ਸੋ ਮਚ ਫੋਰ ਕਮਿੰਗ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ